ਸਾਡੇ ਬਾਬਿਆਂ ਨੇ ਕਰਨਾ ਉਹਨੂੰ ਨਾਲੇ ਦੁੱਧ ਦੀ ਗੜਵੀ ਭਰ ਕੇ ਦੇਣੀ ਗੜਵੀਆਂ ਚ ਦੁੱਧ ਦਿੰਦੇ ਹਣ ਤੇ ਨਾਲੇ ਉੱਤੇ ਕੌਲੀ ਕਰਨੀ ਦੇ ਨਾਲ ਆਖਣਾ ਰੀਮ ਬਿਸ਼ਕਾ ਹੁਣ ਤੂੰ ਆ ਗਿਆ ਤੇ ਧਿਆਨ ਰੱਖੀ ਸਾਰਾ ਉਧਰਲਾ ਪਾਸਾ ਜਿਹੜਾ ਨਾ ਮੜ ਵਾਲੀ ਰੋਈ ਵਾਲਾ ਤੇ ਇਧਰਲਾ ਇਹ ਸਾਰਾ ਕਦੀਮੀ ਬੰਜਰੀ ਲਿਖੀ ਮੈਂ ਨਾਂ ਬਦਲੇ ਸਣ ਤੁਹਾਡਾ ਕੀ ਨਾਂ ਰੱਖਿਆ ਸੀ ਮੈਨੂੰ ਨਾਂ ਤੇ ਪਤਾ ਨਹੀਂ ਅਬਦੁੱਲਾਹ ਨੇ ਨਾਂ ਰੱਖਿਆ ਦਾ ਨਹੀਂ ਕੀ ਰੱਖਿਆ ਮੈਨੇ ਜੇ ਸਾਨੂੰ ਇਸ ਗੱਲ ਦਾ ਪਤਾ ਹੁੰਦਾ ਨਾ ਵੀ ਸਾਡੀ ਜ਼ਮੀਨ ਦੀ ਹੁਣ 300 ਗਮਾ ਦਾ ਸਾਨੂੰ ਉੱਥੇ ਮਾਏ 75 ਗਮਾ ਮਿਲਣੀ ਹੈ ਤਾਂ ਅਸੀਂ ਇੱਥੇ ਆ ਕੇ ਕਰਨਾ ਸੀ ਕਬੂਲ ਕਰ ਲੈਣਾ ਸੀ ਹਾਂ ਕੋਈ ਬਾਕਬੂਲ ਕਰ ਲੈਣਾ ਸੀ 28 ਸਤੰਬਰ 2020 ਦਾ ਦਿਨ ਹੈ ਜੀ ਸੁਨੀਰ ਦੇ ਕੋ 7:30 ਵੱਜੇ ਨੇ ਮੈਂ ਆਪਣੇ ਪਿੰਡੋਂ ਤੁਰ ਕੇ ਕਪੂਰਥਲੇ ਦੇ ਇੱਕ ਪਿੰਡ 'ਚ ਆਇਆ ਇਸ ਪਿੰਡ ਦਾ ਨਾਮ ਆ ਦਵਰਿਆ ਇਹਨੂੰ ਬਰਿਆਹਾ ਕਹਿੰਦੇ ਆ ਜਿਵੇਂ ਕਿ ਨਾਮ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ 47 ਤੋਂ ਪਹਿਲਾਂ ਦਵਰਿਆ ਗੋਦ ਦੇ ਰਾਜਪੂਤਾਂ ਦਾ ਪਿੰਡ ਹੋਊਗਾ ਤੇ ਥੋੜੀ ਜਿਹੀ ਸੰਭਾਵਨਾ ਥੋੜੀ ਜਿਹੀ ਪੋਸਿਬਿਲਟੀ ਇਹ ਵੀ ਆ ਕਿ ਇਹ ਬਰਿਆਹ ਗੋਦ ਦੇ ਜੱਟਾਂ ਦਾ ਪਿੰਡ ਵੀ ਹੋ ਸਕਦਾ ਕਿਉਂਕਿ ਜਦੋਂ ਅਸੀਂ ਬਰਾੜ ਸਾਂ ਨੇ ਤੇ ਬਰਾੜ ਬਰਾੜ ਸਾਂ ਨੂੰ ਮੁਸਲਮਾਨ ਮੁਸਲਮਾਨ ਬਰਾੜ ਗੋਡੇ ਹਾਂਜੀ ਲਓ ਜੀ ਬਜ਼ੁਰਗਾਂ ਨੇ ਇਹ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ 47 ਤੋਂ ਪਹਿਲਾਂ ਇਹ ਮੁਸਲਮਾਨ ਜੱਟਾਂ ਦਾ ਪਿੰਡ ਸੀ ਔਰ ਬਰਾੜ ਜੱਟਾਂ ਦਾ ਪਿੰਡ ਸੀ ਮੇਰੇ ਨਾਲ ਜਿਹੜੇ ਬਜ਼ੁਰਗ ਬੈਠੇ ਨੇ ਇਹ ਪਿੱਛੋਂ ਸਿਆਲਕੋਟ ਬਸਕੇ ਦੇ ਇਲਾਕੇ ਦੇ ਨੇ ਤਸੀਲ ਦਸਕਾਸ਼ਾੜੀ ਤਸੀਲ ਦਸਕਾਸਲਾ ਸਿਆਲਕੋਟ ਪਿੰਡ ਦੇ ਸੀ ਇਹਨਾਂ ਦਾ ਝੁੜਕੀ ਝੁੜਕੀ ਜਿੱਥੇ ਗੁੱਲੂ ਸ਼ਾਹ ਦੀ ਮੰਡੀ ਲੱਗਦੀ ਸੀ ਬਹੁਤ ਮੀਸ਼ੂ ਜਿੱਥੇ ਗੁੱਲੂ ਸ਼ਾਹ ਦਾ ਮੇਲਾ ਲੱਗਦਾ ਸੀ ਉਹ ਜਿਹੜੋ ਕੋਠੇ ਤੋਂ ਮਖਾਨੀ ਤੇ ਫੁੱਲੀਆਂ ਛੜਦੇ ਹੁੰਦੇ ਸੀ ਉਹੀ ਨੇ ਝੀਰੇੜੀਆਂ ਕੋਠੇ ਤੋਂ ਜਦੋਂ ਰੇੜੀਆਂ ਦਾ ਮੀਂਹ ਪੈਂਦਾ ਸੀ ਅੱਛਾ ਮੈਂ ਬਜ਼ੁਰਗਾਂ ਨੂੰ ਮਿਲਦੇ ਆ ਇਹ ਮਹਿਸੂਸ ਕਰ ਲਿਆ ਸੀ ਕਿ ਅੱਜ ਆਪਾਂ ਬਹੁਤ ਸੋਹਣੀਆਂ ਗੱਲਾਂ ਕਰਾਂਗੇ ਉਦੇ ਦੋ ਤਿੰਨ ਕਾਰਨ ਨੇ ਇੱਕ ਤਾਂ ਇਹ ਬਿਲਕੁਲ ਸਿੱਧਮੰਦ ਨੇ ਦੂਜਾ ਇਹਨਾਂ ਨੂੰ ਹੋਸ ਸੀ ਜਦੋਂ ਉੱਥੋਂ ਉੱਜੜ ਕੇ ਆਏ ਤੇ ਬਾਕੀ ਸਿਆਲਕੂਟੀਆਂ ਵਾਲੀ ਕਹਿਣ ਦੀ ਲੋੜ ਨਹੀਂ ਜ਼ੁਬਾਨ ਦੇ ਬੜੇ ਤਾਂ ਨਹੀਂ ਹੁੰਦੇ ਨੇ ਗੱਲਬਾਤ ਦਾ ਮਿਲਣ ਦਾ ਸਲੀਕਾ ਪਹਿਨਣ ਪਚਰਨ ਦਾ ਇਹਨਾਂ ਕੋਲ ਬਹੁਤ ਹੁੰਦਾ ਇਹ ਇਲਾਕਾ ਮੈਨੂੰ ਐ ਲੱਗਦਾ ਕਿ ਆਪਣੇ ਵੇਲੇ ਇਸ ਪੰਜਾਬ ਤੋਂ ਥੋੜਾ ਅਗਾਹ ਸੀ ਇਹੀ ਹੋਇਆ ਕੁਜਰਾਵਾਲਾ ਹੋਇਆ ਸ਼ੇਖੂਪੁਰਾ ਹੋਇਆ ਤੇ ਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਕੁਮਰ ਸਾਹਿਬ ਉਹ ਕਿਹੜਾ ਪਿੰਡ ਸੀ ਜਿੱਥੇ ਤੁਸੀਂ ਜਨਮ ਲਿਆ ਝੁਲਕੀ ਝੁਲਕੀ ਜੀ ਨਾਲ ਕੋਰੇ ਕੇ ਪਿੰਡ ਸਨ ਜਿੱਥੇ ਕੋਰੇ ਕੀ ਮੰਡੀ ਲੱਗਦੀ ਹੁੰਦੀ ਸੀ ਗੁੱਲੂ ਸ਼ਾਹ ਦੀ ਤੇ ਇਹ ਸਾਡਾ ਨਾਲ ਪਿੰਡ ਝੁਲਕੀ ਸੀ ਘੁੰਮਣਾ ਦਾ ਉਹ ਬੜਾਇਚ ਸਨ ਅਸੀਂ ਘੁੰਮਣ ਤੋਂ ਜਿਹੜਾ ਜਿੱਥੇ ਗੁੱਲੂ ਸ਼ਾਹ ਦੀ ਮੰਡੀ ਲੱਗਦੀ ਸੀ ਉਹ ਬੜਾਇਚ ਸਿੱਖਾਂ ਦਾ ਪਿੰਡ ਸੀ ਸਿੱਖਾਂ ਦਾ ਸੀ ਠੀਕ ਤੇ ਤੁਹਾਡਾ ਕੀ ਨਾਮ ਕੀ ਹੈ ਜੀ ਪੁਰਾ ਮੇਰਾ ਨਾਮ ਅਰਸਿੰਗ ਲੰਬੜਦਾਰਮ ਹੈ ਜੀ ਲੰਬੜਦਾਰੀ ਤੁਹਾਡੀ ਉਹ ਪਿੱਛੋਂ ਤੋਤੀ ਆਈ ਹਾਂ ਪਿੱਛੋਂ ਆ ਜੀ ਤੇ ਤੁਹਾਡੇ ਬਜ਼ੁਰਗਾਂ ਦੇ ਨਾਮ ਵੀ ਦੱਸ ਦੋ ਬਾਬਾ ਜੀ ਦਾ ਪਿਤਾ ਜੀ ਦਾ ਬਾਬਾ ਜੀ ਸੀ ਮਲ ਸਿੰਘ ਤੇ ਪਿਤਾ ਜੀ ਸਣ ਬੁੱਢਾ ਸਿੰਘ ਲੰਬੜਦਾਰ ਉਹ ਵੀ ਬਹੁਤ ਮਸ਼ਹੂਰ ਆਦਮੀ ਸੀ ਜਿਹੜੀ ਜੈਲ ਸੀ ਸਾਡੇ ਕੋਲ ਪਹਿਲਾਂ ਸੀ ਡੱਲੇ ਘਾਰੇ ਸਣ ਉਹਨਾਂ ਕੋਲ ਜੈਲਦਾਰ ਹੁੰਦੇ ਸਣ ਉਹਨੂੰ ਸਪੈਦ ਪੋਸ਼ ਜੈਲਦਾਰ ਇਹ ਉਹ ਡੱਲੇ ਗਿਆ ਦੇ ਸਨ ਪਹਿਲਾ ਸੀ ਇਹ ਡੱਲੇ ਕੇ ਆਲਿਆਂ ਕੋ ਫਿਰ ਇਹ ਜੇਲ ਜਦੋਂ ਸਾਲ 47 ਦਾ ਬਟਾਂਦਰਾ ਹੋਣ ਲੱਗਾ ਤੇ ਜੇਲ ਫਿਰ ਉਹ ਵੀ ਗਰਾਏ ਸਨ ਨਾਲ ਪਿੰਡ ਸੀ ਬੁੱਢਾ ਗਰਾਇਆ ਬੁੱਢਾ ਗਰਾਇਆ ਤੇ ਜੇਲਦਾਰ ਤੇ ਬੜੇ ਮਸ਼ਹੂਰ ਨੇ ਜੀ ਮੁਸਲਮਾਨ ਸੀ ਮੁਸਲਮਾਨ ਉਹ ਜੇਲਦਾਰ ਸਨ ਚਾਰਪਰਾ ਵੱਡਾ ਸ਼ਰਫਰਾਜ ਸੀ ਵੱਡਾ ਜਾਣਖਾ ਸੀ ਛੋਟਾ ਸ਼ਰਫਰਾਜ ਤੇ ਛੋਟਾ ਗੋਲ ਨਮਾਜ਼ ਤੇ ਉਹ ਫੇ ਗੋਲ ਨਵਾਜ ਸਾਡੇ ਪਿੰਡ ਆਇਆ ਤੇ ਆਖਣ ਲੱਗਾ ਵੀ ਮੈਨੂੰ ਬਾਪ ਜਦੋਂ ਜੈਲ ਇਹ ਨਾਲ ਲੈਣੀ ਸੀ ਵੀ ਮੈਂ ਜੈਲਦਾਰ ਬਣਨਾ ਤੇ ਮੈਨੂੰ ਮੇਰਾ ਬਾਪ ਕਹਿੰਦਾ ਸੀ ਵੀ ਜਦੋਂ ਕੋਈ ਲੋੜ ਪਏ ਤੇ ਬੁੱਢਾ ਸਿੰਘ ਨੂੰ ਜਾ ਕੇ ਮਿਲ। ਅੱਛਾ ਜੀ ਤੇ ਫੇਰ ਉਹ ਸਾਡੇ ਕੋਲ ਆਇਆ ਮੈਂ ਤਗੜਾ ਸਾ ਬਾਬਾ ਤੇ ਉਹ ਕਹਿਣ ਲੱਗਾ ਵੀ ਮੈਂ ਹੁਣ ਜੈਲਦਾਰ ਲੱਗਾ ਬਣਨ ਤੇ ਮੈਨੂੰ ਵੋਟਾਂ ਚਾਹੀਦੀਆਂ ਨੇ ਤੁਹਾਡੀਆਂ। ਭਾਈ ਆਖਣ ਲੱਗਾ ਵੀ ਉਹਨਾਂ ਬੰਦਿਆਂ ਨਾਲ ਸਾਡਾ ਬੜਾ ਚੰਗਾ ਪਿਆਰ ਸੀ ਤੇ ਬੜਾ ਗੱਠ ਜੋੜ ਸੀ ਤੇ ਵੋਟਾਂ ਤੇ ਚਲੋ ਤੁਹਾਡੀਆਂ ਸਾਡੀਆਂ ਨਹੀਂ ਵੰਡੀਆਂ ਤੇ ਹੁਣ ਗੱਲ ਇਹ ਵੇ ਭਈ ਅਸੀਂ ਵੋਟਾਂ ਜ਼ਰੂਰ ਤੁਹਾਨੂੰ ਪਾਵਾਂਗੇ ਕਿਉਂਕਿ ਇਹ ਰੌਲਾ ਪੈ ਗਿਆ 47 ਦਾ ਕਿ ਸਾਨੂੰ 47 ਬਣਣਾ ਹੈ ਹਿੰਦੂਆਂ ਤੁਰ ਜਾਣਾ ਹੈ ਤੇ ਮੁਸਲਮਾਨ ਆ ਜਾਣਾ ਹੈ ਤੇ ਸਾਡੇ ਜਿਹੜੇ ਬਾਬੇ ਸਨ ਬੂੜ ਸਿੰਘ ਹੋਰੀ ਮੂਲ ਸਿੰਘ ਹੋਰੀ ਉਹ ਕਹਿਣ ਲੱਗੇ ਐਵੇਂ ਗੱਲਾਂ ਇਹਨੇ ਸਿੱਖਾਂ ਦੇ ਰਾਜ ਚ ਇਸ ਤਰ੍ਹਾਂ ਹੋਇਆ ਸੀ ਵੀ ਕੋਈ ਦਿਹਾੜੀ ਆਦੀ ਦਾ ਵਟਾਂਦਰਾ ਇਹ ਹੋਏਗਾ ਤੇ ਮੁੜ ਕੇ ਫੇਰ ਅਸੀਂ ਆਪਣੇ ਘਰਾਂ ਜੀ ਆ ਜਾਣਾ ਪਰ ਇਹ ਥੋੜਾ ਪਤਾ ਜਿਹੜਾ ਇਹ ਪੁੱਟ ਕਦਣੀ ਹੈ। ਇਹ ਫੇਰ ਘਰੋਂ ਅਸੀਂ ਤੇ ਵੈਸੇ 1 ਮਹੀਨਾ ਬਾਅਦ ਚ ਨਿਕਲੇ ਆ। ਅੱਛਾ ਜੀ ਇੱਕ ਥੋੜੀ ਜੀਆਂ ਗੱਲਾਂ ਕੋ ਮਨ ਸਾਹਿਬ ਉਸ ਇਲਾਕੇ ਦੀਆਂ ਕਰ ਲਈਏ। ਤੁਹਾਡਾ ਪਿੰਡ ਸੀ ਝੁੜਕੀ। ਝੁੜਕੀ। ਤੇ ਨਾਲ-ਨਾਲ ਕਿਹੜੇ ਪਿੰਡ ਲੱਗਦੇ ਸੀ? ਨਾਲ ਸੀ ਸਾਡੇ ਕਿਤੇ ਨਾਲ ਕੋਰੇ ਕੀ ਸਨ। ਮਤਲਬ ਬਾੜ ਦੇ ਪਾਸੇ ਤੇ ਲੈਂਦੇ ਦੇ ਪਾਸੇ ਗੱਗੜ ਵਾਲੇ ਸੀ ਉਹ ਘੁੰਮਣਾਂ ਦਾ ਪਿੰਡ ਸੀ ਐਸੀ ਮੁਸਲਮਾਨ। ਜੀ ਤੇ ਖੜ ਦੇ ਪਾਸੇ ਸਾਡੇ ਸਕੂਲ ਸੀ ਸਕੂਲ ਦੇ ਨਾਲ ਸੀ ਪਿੰਡ ਇੱਕ ਮਨੋਰਾ ਨਾਂ ਨਹੀਂ ਹੁਣ ਯਾਦ ਪਿਆ ਆਉਂਦਾ ਤੇ ਉਸ ਤੋਂ ਬਾਅਦ ਫਿਰ ਸੁਹਾਵਾ ਆ ਜਾਂਦਾ ਸੀ ਇਹ ਮਤਲਬ ਨਾਲ ਫਕੀਰਾਂ ਵਾਲੀ ਆ ਜਾਂਦੀ ਸੀ ਪਡਾਲੀ ਆ ਜਾਂਦੀ ਸੀ ਗੱਗੜ ਵਾਲੀ ਤੁਹਾਨੂੰ ਦੱਸਿਆ ਜੀ ਚਾਰ ਪਿੰਡ ਸੰਦਵਾਲੇ ਵਾਲੇ ਵਾਲੇ ਸਾਡੇ ਤੁਹਾਡੀ ਨੇੜੇ-ਤੇੜੀ ਪਿੰਡ ਘੁਰਾਇਆ ਤੇ ਘੁੰਮਣਾ ਦੇ ਸੀ ਫੋਕਲ ਨਹੀਂ ਸਾਡੇ ਜ਼ਿਆਦਾ ਘੁੰਮਣਾ ਨਹੀਂ ਸੰਧੂ ਸੀ ਇੱਕ ਪਿੰਡ ਜਿਹੜਾ ਸੀ ਇਹ ਸਤਰਾਲੇ ਸੰਦੂਸਣ ਜੀ ਤੇ ਅਸੀਂ ਘੁੰਮਣ ਸਾਂ ਤੇ ਇਹ ਮਤਲਬ ਪਡਾਲੀ ਵਾਲੇ ਨਾਂਗਰੇ ਸਣ ਤੇ ਗਗੜੇ ਤੁਹਾਨੂੰ ਦੱਸਿਆ ਘੁੰਮਣਾ ਦੀ ਜੇ ਇਹ ਬੜਾਜਾਂ ਦਾ ਪਿੰਡ ਸੀ ਕੋਰੇ ਕੀ ਤੇ ਤੁਹਾਡੀਆਂ ਰਿਸ਼ਤੇਦਾਰੀਆਂ ਵੀ ਬਹੁਤੀਆਂ ਉਧਰ ਹੀ ਹੋਣੀਆਂ ਨੇ ਰਿਸ਼ਤੇਦਾਰੀਆਂ ਨਾਲ-ਨਾਲ ਹੀ ਸਣ ਸਾਡੇ ਪਿੰਡ ਸਾਡਾ ਬਾਪ ਜਿਹੜਾ ਸੀ ਉਹਦੇ ਨਾਨਕੇ ਨਾਲ ਹੀ ਸਣ ਕੋਰੇ ਕੀ ਬੜਾਜਾਂ ਵਾਲ ਤੇ ਤੁਹਾਡੇ ਨਾਨਕੇ ਕਿੱਥੇ ਸੀ ਸਾਡੇ ਨਾਨਕੇ ਸਣ ਐਂਡ ਸੀ ਨਵਾ ਕੋਟ ਡਸ਼ਕੇ ਦੇ ਨੇ ਉਹ ਸਾਹੀ ਸੀ ਨਹੀਂ ਉਹ ਸਣ ਹرائی ਹਾਂਜੀ ਰਾਏ ਸਾਹਿਬ ਦਾ ਰਾਏ ਰਾਏ ਠੀਕ ਹੈ ਹਾਂਜੀ ਠੀਕ ਉੱਥੇ ਉਹ ਪਹਿਲਾਂ ਪਾਕਿਸਤਾਨ ਚ ਰਾਈ ਗਈ ਕਹਿੜਦੇ ਹਣ ਮੁੜ ਕੇ ਹੁਣ ਜਾਤਾਂ ਦਾ ਫਰਕ ਪੈ ਗਿਆ ਰਾਏ ਰਾਏ ਲੱਗ ਪਿਆ ਹੁਣ ਰਾਏ ਹੋ ਗਿਆ ਜੀ ਜੀ ਹਾਂਜੀ ਅੱਛਾ ਤੁਹਾਡੀ ਆ ਭੂਆ ਭੂਆ ਸਾਡੀਆਂ ਦੋ ਸਣ ਤੇ ਉਹ ਕੁੱਕਲ ਸਣ ਕੁੱਕਲ ਵੱਡਾ ਤੇ ਛੋਟਾ ਦੋ ਸਣ ਉਹ ਸਣ ਕਿੱਲੂ ਵਾਲੇ 10 ਕਿਲੇ ਦੇ ਕੋਲ ਹੀ ਸਣੇ 10 ਕਿਲੇ ਦੇ ਕੋਲ ਸੀ ਗਲੋਟੀਆਂ ਅੰਡਾ ਗਲੋਟੀਆਂ ਨੇ ਨੇੜੇ ਉਹ ਗਲੋਟੀਆਂ ਕਿਉਂਕਿ ਢੱਲੋਂਾਂ ਦਾ ਸੀਗਾ ਮਾ ਢੱਲੋਂ ਹੈ ਠੀਕ ਅੱਛਾ ਤੁਹਾਡਾ ਜਿਹੜਾ ਆਪਣਾ ਪਿੰਡ ਸੀ ਉਹ ਕਿੱਡਾ ਕਿ ਵੱਡਾ ਪਿੰਡ ਸੀਗਾ ਜੀ ਪਿੰਡ ਸਾਡੇ ਪਿੰਡ ਚ ਮਤਲਬ ਪਿੰਡ ਤਕੜਾ ਸੀ ਉਹਨਾਂ ਆਬਾਦੀ ਦਾ ਤੇ ਮੈਂ ਨਹੀਂ ਅੰਦਾਜ਼ਾ ਲਾ ਸਕਦਾ ਵੀ ਕਿੰਨੀ ਕਿ ਸੀ ਉਹਨੋਂ ਪਰ ਪਿੰਡ ਚੰਗਾ ਤਕੜਾ ਸੀ ਸਾਰੀਆਂ ਜਾਤਾਂ ਆਣ ਰੌਲ ਜਿਨਾਂ ਨੂੰ ਹੁਣ ਜੋਗੀ ਕਹਿੰਦੇ ਨੇ ਜੋਗੀ ਕਮਿਹਾਰ ਬਹੁਤ ਸਣ ਦੋ ਠੱਠੀਆਂ ਉਹ ਅਸਾਈਆਂ ਦੀ ਸੀ ਅਸਾਈਆਂ ਦੀ ਅੰਬੀ ਸੀ ਹਾਂ ਜੀ ਦੋ ਠੱਠੀਆਂ ਸਾਈਆਂ ਦੀਆਂ ਪਿੰਡ ਤਾਂ ਗੱਟ ਤਗੜਾ ਸੀ ਚੰਗਾ ਸੀ ਹਾਂ ਤੇ ਸਾਡੇ ਪਿੰਡੋਂ ਇੱਕ ਬਾਉ ਸੁਨਿਆਰਾ ਸੀ ਉਹ ਇੱਥੇ ਪਹਿਲਾ ਪਾਕਿਸਤਾਨ ਦੇ ਪਹਿਲਾ ਬਣਨ ਤੋਂ ਪਹਿਲਾਂ ਇੱਥੇ ਸ਼ਾਮ ਚਰਾਸੀ ਵਿਆਹ ਆ ਸੀ ਵਾਹ ਜੀ ਵਾਹ ਉਹ ਗੱਲਾਂ ਕਰਦਾ ਹੁੰਦਾ ਸੀ ਉਹ ਕਰਦੇ ਕਰਦੀ ਕਰਦਾ ਸੀ ਗੱਲਾਂ ਸ਼ਾਮ ਚਰਾਸੀ ਆਪਣੇ ਸਹੁਰਿਆਂ ਦੀਆਂ ਗੱਲਾਂ ਨਹੀਂ ਕਰਨੀਆਂ ਤੇ ਹੋਰ ਕਿਹੜੀਆਂ ਕਰਨੀਆਂ ਜੀ ਵਾਹ ਜੀ ਵਾਹ ਅੱਛਾ ਇਹ ਪੱਤੀਆਂ ਤੋਂ ਪਿੰਡ ਦਾ ਪਤਾ ਲੱਗਦਾ ਕਿੰਨੀ ਅੱਗ ਪੱਤੀਆਂ ਵਾਲਾ ਪੱਤੀਆਂ ਸਾਡੇ ਪਿੰਡ 'ਚ ਜਟਾਂ ਜਟਾਨੀਆਂ ਤਿੰਨ ਪੱਤੀਆਂ ਅੱਛਾ ਵਾ ਤੇ ਨੰਬਰਦਾਰ ਕਿਹੜੇ-ਕਿਹੜੇ ਸੀ ਨੰਬਰਦਾਰ ਇੱਕ ਤੇ ਸਾਡਾ ਬਾਪ ਸੀ ਇਹ ਤੁਹਾਡੀ ਪੱਤੀ ਦਾ ਨਾਂ ਕੀ ਸੀ ਨਾਂ ਦਾ ਹੁਣ ਮੈਨੂੰ ਨਹੀਂ ਦਾ ਯਾਣੀ ਵੀ ਕੀ ਨਾਂ ਹੈ ਮੁਜਕਾਰਲੀ ਪੱਤੀ ਕਹਿੰਦੇ ਹੁੰਦੇ ਸਨ ਜੀ ਠੀਕ ਹੈ ਹਾਂਜੀ ਇੱਕ ਤੁਹਾਡਾ ਵਾਪਸੀ ਨੰਬਰਦਾਰ ਹੋਰ ਦੂਜੇ ਨੰਬਰਦਾਰ ਕਿਹਨੂੰ ਸੀ ਇੱਕ ਰੂੜਾ ਰੂਪ ਸਿੰਘ ਜੀ ਨਾ ਉਹ ਨਵੇਂ ਸਨ ਉਹਨਾਂ ਨੂੰ ਨਵੇਂ ਕਹਿੰਦੇ ਸਨ ਤੇ ਇੱਕ ਹੋਰ ਸੀ ਲੱਭੂ ਲੰਮੜ ਸੀ ਮਤਲਬ ਚੜ੍ਹਦੇ ਪਾਸੇ ਤਿੰਨ ਲੰਮੜਦਾਰ ਸਨ ਜੀ ਇਹ ਜ਼ਮੀਨ ਕਿੰਨੀ ਸੀ ਰਕਬਾ ਬੜਾ ਰਕਬਾ ਬੜਾ ਵੱਡਾ ਸੀ ਜੇ ਮੇਰੇ ਨਾਲ 2500 ਕਮਾ ਹੋਏਗਾ ਬਹੁਤ ਵੱਡਾ ਰਕਬਾ ਜਦੋਂ ਪਡਵਾਰੀ ਆ ਕੇ ਲਠਾ ਸੁੱਟਦਾ ਹੁੰਦਾ ਸੀ ਨਾ ਜਿਹਨੂੰ 체ਈਰਾ ਕਹਿੰਦੇ ਨੇ ਤੇ ਉਹ ਚੰਗੀ ਦੂਰ ਤੱਕ ਸੁੱਟਦਾ ਸੀ ਤੇ ਉਹ ਸਾਡੇ ਬਾਬਿਆਂ ਨੇ ਕਰਨਾ ਉਹਨੂੰ ਨਾਲੇ ਦੁੱਧ ਹੀ ਗਰਮੀ ਭਰ ਕੇ ਦੇਣੀ ਗੜਮੀਆਂ ਚ ਦੁੱਧ ਦਿੰਦੇ ਹਣ ਤੇ ਨਾਲੇ ਉੱਤੇ ਕੌਲੀ ਧਰਨੀ ਦੇ ਨਾਲ ਆਖਣਾ ਰੀਮ ਬਿਸ਼ਕਾ ਹੁਣ ਤੂੰ ਆ ਗਿਆ ਤੇ ਤਿਆਰ ਰੱਖੀ ਸਾਰਾ ਉਧਰਲਾ ਪਾਸਾ ਜਿਹੜਾ ਨਾ ਇਹ ਮੜ ਵਾਲੀ ਰੋਈ ਵਾਲਾ ਤੇ ਇਧਰਲਾ ਇਹ ਸਾਰਾ ਕਦੀਮੀ ਬੰਜਰੀ ਲਿਖੀ ਓਹੋ 400 ਕਮ ਜਮੀਨ ਸੀ ਸਾਡੀ ਪਾਕਿਸਤਾਨ 300 ਕੁ ਮਾਜ ਅਸੀਂ ਸਾਂ ਤਿੰਨੇ ਮਤਲਬ ਸਾਡੇ ਜਿਹੜੇ ਸਨ ਬਾਬੇ ਤਿੰਨ ਭਰਾ ਸਨ 300 ਕੁ ਮਾਜ ਅਸੀਂ ਸਾਡੇ ਇੱਕ ਨਾਲ ਸਾਡੇ ਆ ਘਰ ਆ ਜਿਹੜਾ 100 ਕੁ ਮਾਜ ਸੀ ਤੇ ਬਹੁਤੀ ਬੰਜਰੀ ਲਿਖਾਉਂਦੇ ਨੇ ਬੰਜਰੀ ਲਿਖਾਉਂਦੇ ਨੇ ਉਹ ਬੰਜਰ ਨੇ ਸਾਨੂੰ ਲੈ ਕੇ ਬਹਿ ਗਿਆ ਮਾਂ ਹੀ ਆਵਾ ਉਹ ਦੁੱਧ ਦੀ ਗੜਵੀ ਜਿਹੜੀ ਉਹ ਹੱਡਾਂ 'ਚ ਬਹਿ ਗਈ ਉਹ ਹੱਡਾਂ 'ਚ ਬਹਿ ਗਈ ਨਾਲ ਦੁੱਧ ਪਿਆਉਂਦੇ ਨੇ ਨਾਲ ਗੜਵੀ ਇਦਾਂ ਹੋ ਗਿਆ ਉਹ ਪਤਾ ਨਹੀਂ ਨਾ ਹੁੰਦਾ ਆਣ ਵਾਲੇ ਪਾਸੇ ਕਿਹੜਾ ਪਲਟਾ ਵਜਾ ਆ ਕਿਹੜਾ ਪਲਟਾ ਵਜਾ ਜੇ ਮੁਸਲਮਾਨ ਕਿੰਨੇ ਕੀ ਸੀ ਪਿੰਡ ਮੁਸਲਮਾਨ ਤੇ ਜੀ ਸਾਡੇ ਅੱਧੋਂ ਜ਼ਿਆਦਾ ਸਨ ਇੱਕ ਤੇ ਚਰਮੰਗ ਸਨ ਜਿਹੜੇ ਆਪ ਨੂੰ ਨਾ ਨ ਰੰਗਦੇ ਹੁੰਦੇ ਸਨ ਮੁਸਲਮਾਨ ਜ਼ਿਆਦਾ ਹਣ ਜੋਗੀ ਹਰ ਹਰ ਜਾਤ ਸੀ ਮੁਸਲਮਾਨਾਂ ਦੀ ਸਿੱਖਾਂ ਦੀ ਵਾਦੀ ਜਿਹੜੀ ਜੱਟਾਂ ਦੀ ਘੱਟ ਅੱਛਾ 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 ਕੁਝ ਉਹਨਾਂ ਦੇ ਵੀ ਨਾਮ ਕਾਮਤੰਦੇ ਦੱਸ ਦੋ ਨਾਮ ਉਹਨਾਂ ਦੇ ਇਹ ਸਨ ਵੀ ਜਿਹੜੇ ਬੰਦੇ ਸਨ ਇੱਕ ਦੇ ਡੇਰੇ ਆਲਾ ਸੀ ਜੀ ਉਹ ਪੜਾਂਦਾ ਵੀ ਹੁੰਦਾ ਸੀ ਗਿਆਨਿਆਂ ਨੂੰ ਅਸੀਂ ਵੀ ਜਾਂਦੇ ਰਹੇ ਉੱਥੇ ਮਾੜਾ ਮੋਟਾ ਜੇ ਜਦੋਂ ਉਰਦੂ ਪੜ੍ਹਦੇ ਸੀ ਫੇਰ ਤੇ ਸਾਡੇ ਲਗਭਗ ਗੁਰਮੁਖੀ ਪੜ੍ਹਾਣ ਤੇ ਸਾਡੇ ਬਾਪੂ ਸਾਡੇ ਪਿੰਡ ਸਕੂਲ ਬੜਾ ਵੱਡਾ ਸੀ ਚੜ੍ਹਦੇ ਪਾਸੇ ਤੇ ਸਾਡੇ ਬਾਪੂ ਨੇ ਆਖਣਾ ਤੂੰ ਜਾਈ ਨਾ ਉੱਥੇ ਆਈ ਤੂੰ ਘੋੜੀ ਤੇ ਫੇਰਾ ਮਾਰੀ ਤੇ ਜੇ ਤੂੰ ગયો ਤਾਂ ਮੁਰਸ਼ੀ ਮਾਰੇਗਾ ਪੜਾਈ ਰੋਣਾ ਡਰਾਣਾ ਕਦੇ ਪੜਨ ਲੱਪੇ ਪੜਨ ਲੱਗ ਬੱਲੇ 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 ਜੀਆਂ ਦੀ ਸ਼ਾਰਟਿੰਗ ਸੀ ਹੁਣ ਚਿਪਸ ਦੇ ਪੈਕਟ ਦੇ ਕੇ ਨਿਆਣਿਆਂ ਨੂੰ ਭੇਜਦੇ ਆ ਆ ਭਜਾਓ ਬਹੁਤ ਮਤਲਬ ਹੁਣ ਤਕਰਾਓ ਤਕਰਾਓ ਕਰੀਦਾ ਆ ਆ ਛੱਡ ਕੇ ਆਈਦੇ ਨੇ ਆਪ ਲੈ ਕੇ ਆਈਦੇ ਨੇ ਸ਼ਹਿਰੋਂ ਜਦੋਂ ਤੁਸੀਂ ਹੁਣ ਆਪਣੇ ਪੋਤੇ ਪੋਤੀਆਂ ਨੂੰ ਛੱਡਣ ਜਾਂਦੇ ਹਾਂ ਹਾਂਜੀ ਯਾਦ ਤੇ ਆਉਂਦਾ ਤਾਂ ਕੋਈ ਯਾਦ ਆਉਂਦਾ ਵੀ ਕੋਈ ਦਿਨ ਸੀ ਜੋ ਸਾਡਾ ਬਾਪੂ ਕਹਿੰਦਾ ਸੀ ਜਾਇ ਨਾ ਜਾਇ ਨਾ ਮੁੰਸ਼ੀ ਕੁੱਟੂਗਾ ਮੁੰਸ਼ੀ ਮਾਰੇਗਾ ਮਾਰੇਗਾ ਮੁੰਸ਼ੀ ਨੇ ਮੈਂ ਬੈਠਿਆ ਉਹਨਾ ਕੁਰਸੀ ਦੇ ਉੱਤੇ ਤੇ ਛੋਟੀ ਫੜੀ ਹੋਣੀ ਮੈਂ ਦੀ ਐਡੀ ਖੋਮਟੀ ਹੋਣੀ ਚਾਹੀਦੀ ਦੀ ਜਿਹੜੀ ਤੇ ਉਹਦੇ ਕੋ ਡਰਾ ਹੁੰਦਾ ਸੀ ਬਿਲਕੁਲ ਪੂਰਾ ਸਮੇ ਸਮੇਂ ਦੀਆਂ ਗੱਲਾਂ ਤੇ ਤੁਸੀਂ ਵੀ ਗਏ ਨਹੀਂ ਸਕੂਲ ਤੇ ਸਕੂਲ ਨਹੀਂ ਗਏ ਜੀ ਜੀ ਸਕੂਲ ਨਹੀਂ ਗਏ ਮੈਂ ਤੇ ਸੈਨਮੀ ਆ ਹੁਣ ਜਦੋਂ 83 ਦੇ ਵਿੱਚ ਨੰਬਰਦਾਰ ਬਣਿਆ ਤੇ ਉਦੋਂ ਦੇ ਮੈਂ ਸੈਨ ਸਿੱਖੇ ਨੇ ਆਪਣੇ ਆਪ ਕਰਨੇ ਜਦੋਂ ਪੇ ਸੈਨ ਸਿੱਖਦੇ ਸੀਗੇ ਹਾਂਜੀ ਉਦੋਂ ਬਾਪੂ ਫੇਰ ਯਾਦ ਆ ਯਾਦ ਆ ਹਾਂਜੀ ਯਾਦ ਆਉਂਦਾ ਠੀਕ ਤੇ ਥੋੜਾ ਜਿਹਾ ਹੋਰ ਆਪਾਂ ਤੁਹਾਡੇ ਪਿੰਡ ਦੇ ਵਿੱਚ ਘੁੰਮ ਲਈਏ ਏ ਮੁਸਲਮਾਨਾਂ ਦੇ ਥੋੜੇ ਜਿਹਾ ਨਾਂ ਦੱਸੋ ਜਿਹੜੇ ਖਾਸ ਖਾਸ ਸੀ ਜਿਨ੍ਹਾਂ ਨਾਲ ਤੁਹਾਡਾ ਵਾਹ ਵਾਸਤਾ ਸੀ ਪਿੰਡ 'ਚ ਹਾਂਜੀ ਪਿੰਡ 'ਚ ਇੱਕ ਦਾ ਨੂਰ ਕੁਮਿਹਾਰ ਸੀ ਜੀ ਬੜਾ ਉਹਦਾ ਵੀ ਕੰਮ ਸੀ ਖਚਰਾ ਬਹੁਤ ਰੱਖੀਆਂ ਤਣ ਸਾਡੇ ਗੱਡੇ ਨਹੀਂ ਸਣ ਤੇ ਜਿਹੜਾ ਦਾਣਾ ਫੱਕਾ ਹੁੰਦਾ ਸੀ ਸਾਰਾ ਹੀ ਸਿਆਲ ਕੋਟ ਹੀ ਜਾਂਦਾ ਸੀ ਤੇ ਖਚਰਾ ਤੇ ਜਾਂਦਾ ਹੁੰਦਾ ਸੀ ਉਹਦੀਆਂ ਖਚਰਾਂ 'ਚ ਉਹ ਹੀ ਖਚਰਾ ਤੇ ਜਦੋਂ ਉਹ ਖਚਰਾ ਤੇ ਦਾਣਾ ਲੈ ਕੇ ਜਾਂਦਾ ਸੀ ਹਾਂਜੀ ਤੇ ਜਿਹੜੇ ਜੱਟ ਸੀ ਉਹ ਵੀ ਨਾਲ ਜਾਂਦਾ ਸੀ ਨਹੀਂ ਉਹਨਾਂ ਆਪ ਹੀ ਵੇਚ ਕੇ ਆ ਜਾਂਦਾ ਅੱਛਾ ਜੀ ਹਾਂ ਜੀ ਵਾਹ ਜੱਟ ਨਹੀਂ ਹਣ ਜਾਂਦੇ ਹੁੰਦੇ ਜੱਟਾਂ ਨੂੰ ਬੇਪਰਵਾਹੀ ਸੀ ਜੱਟ ਦੇ ਸਾਡੇ ਜਿਹੜੇ ਸਣ ਬਜ਼ੁਰਗ ਬਹੁਤ ਹੀ ਇਮਾਨਦਾਰ ਤੇ ਬੜੇ ਨਫਲ ਕਿਸਾਨ ਇਦਾਂ ਨਹੀਂ ਸੀ ਗੱਲ ਕੋਈ ਵੀ ਵੀ ਜ਼ਰੂਰ ਨਾਲ ਹੀ ਜਾਣਾ ਉਹਨਾਂ ਵੇਚ ਕੇ ਆ ਜਾਣਾ ਤੇ ਆਖਣਾ ਯਾ ਆਹ ਲੋ ਪਰਚੀ ਜਾਣੋ ਪੁਆਇਸ ਵੀ ਨਾ ਕਰਦੀ ਐ ਤੇ ਇਹ ਅੱਛਾ ਇਹ ਸੀ ਨੂਰਾ ਕਮਿਆਰ ਹੋਰ ਜੀ ਨੂਰ ਕਮਿਆਰ ਸੀ ਚੰਗਾ ਤੁਰਨੇ ਸੀਤੀ ਬੰਦਾ ਸੀ ਇਦਾਂ ਦੇ ਕਮਿਆਰ ਹੀ ਨਹੀਂ ਸੀ ਨਰਾ ਜੀ ਚੰਗਾ ਤੁਰਨੇ ਸੀਤੀ ਸੀ ਤੇ ਮਤਲਬ ਆਉ ਗਈ ਦੇ ਵਿੱਚ ਉਦੀ ਪੁੱਛ ਕੇ ਸੀ ਨੂਰ ਕਮਿਆਰ ਦੀ ਦੋ ਭਰਾ ਸਣ ਖਦਾਮ ਅਸਤੇ ਨੂਰ ਨੂਰਾ ਤੇ ਹੋਰ ਆਪਣੀ ਇੱਕ ਡੇਰੇ ਵਾਲਾ ਸੀ ਉਹਦਾ ਨਾਮ ਮੈਨੂੰ ਨਹੀਂ ਯਾਦ ਤੇ ਇੱਕ ਨਿਜਾਮਦੀਨ ਸੀ ਚਰਮੰਗ ਜੀ ਉਹ ਵੀ ਚਮੜਾ ਰੰਗ ਦੱਸਾ ਚਾਹ ਚਮੜਾ ਰੰਗਦੇ ਸਨ ਬੜੀ ਵੱਡੀ ਕੁੰਨਾ ਸੀ ਦੂਰ ਪਿੰਡੋ ਤੇ ਉਹਦਾ ਮਤਲਬ ਉਹ ਮੁਖੀ ਵੀ ਸਿਗਾਉ ਜਿਹੜਾ ਆਜ ਕੱਲ ਹੁੰਦੇ ਨੇ ਮਤਲਬ ਤੇ ਚਮੜਾ ਕਿਉਂਕਿ ਉਦੋਂ ਉਹ ਵੀ ਖੱਲਾ ਖੁੱਲਾ ਜਿਹੜੀਆਂ ਹਣ ਵੇਚਦੀਆਂ ਅੰਡਰਲ ਜਾਂਦੇ ਸਨ ਆਉਂਦੇ ਸਨ ਜਾਂਦੇ ਸਨ ਤੇ ਉਹਨਾਂ ਦਾ ਕੰਮ ਵੀ ਬਹੁਤ ਸੀ ਚਰਮੰਗਾ ਦਾ ਤੇ ਉਹ ਸਿਗਾ ਦੇ ਇੱਕ ਮਤਲਬ ਨੂਰ ਕਮਿਆਰ ਸੀ ਇਹ ਘੋਰ ਕੋਈ ਬੰਦਾ ਤੁਰਨੇ ਸਿੱਤੀ ਨਹੀਂ ਸੀ ਸਾਡਿਆਂ ਬੰਦਿਆਂ ਤੋਂ ਵਗੈਰ ਅਸੇ ਤੁਹਾਡੇ ਤੁਹਾਡੇ ਚੌਧਰੀ ਕਿਹੜੇ ਸੀਗੇ ਚੌਧਰੀ ਦੇ ਸਾਡਾ ਇੱਕ ਬਾਪ ਹੀ ਸੀ ਬੁੱਢਾ ਸਿੰਘ ਦੇ ਮਸ਼ਹੂਰ ਸੀਗਾ ਸਾਰੀ ਤਹਿਸੀਲ ਚੋਂ ਪੁੱਛ ਲੋ ਜਾ ਕੇ ਹੁਣ ਵੀ ਬੁੱਢਾ ਸਿੰਘ ਝੁਲਕੀ ਵਾਲੇ ਨੂੰ ਮਿਲਣਾ ਉਹਦਾ ਤੁਹਾਨੂੰ ਨਾਮ ਦੱਸਣਗੇ ਕੀ ਖਾਸियत ਸੀ ਉਹਨਾਂ ਦੀ ਖਾਸਤ ਕੀ ਇਹ ਹੀ ਸੀ ਪੇ ਮੇਲ-ਗਿਲ ਬੰਦਿਆਂ ਨਾਲ ਸੀ ਕੰਮ ਜਿਹੜੇ ਪਿੰਡ ਦੇ ਹੁੰਦੇ ਸਨ ਉਹ ਕਰਦਾ ਸੀ ਤੇ ਤੁਹਾਡਾ ਬਾ-ਬਾਸਾ ਦੱਸ ਕੀ ਨਾ ਪੈਂਦਾ ਸੀ ਇਹ ਬਾ-ਬਾਸਾ ਠਾਣਾ ਸਾਡਾ ਪਸਰੂਰ ਸੀ ਤੇ ਤਹਿਸੀਲ ਡਸਕਾ ਸੀ ਮਤਲਬ ਜਿਹੜਾ ਕੰਮ ਕੋ ਉਠਾਣੇ ਠਾਣੇ ਪੈਣਾ ਉਹ ਵੀ ਕਰ ਲੈਣਾ ਜਿਹੜਾ ਕੋਈ ਕੰਮ ਤਹਿਸੀਲ ਦਾ ਹੋਣਾ ਉਹ ਤਸੀਲੇ ਜਾ ਕੇ ਕਰਾਉਣਾ ਤੇ ਤੁਸੀਂ ਦੱਸ ਕੇ ਜਾਂਦੇ ਰਹਿੰਦੇ ਸੀ ਜਾਂਦੇ ਰਹਿੰਦੇ ਨੇ ਉਹ ਜਾਂਦੇ ਨੇ ਆਹੀ ਕਿ ਜਾਣਾ ਸੀ ਅੱਜ ਤੇ ਤੁਸੀਂ ਕਦੀ ਨਹੀਂ ਗਏ ਉਹ ਨਹੀਂ ਗਏ ਆ ਡਸਕਾ ਉਹਦਾ ਸਾਡੇ ਨਾਨਕੇ ਸਣੇ ਹਾਂ ਤੇ ਜਿਹੜੇ ਡਸਕਾ ਵਾਲੇ ਸੀਗੇ ਜਿੱਦਾਂ ਅਮਰ ਸਿੰਘ ਜ਼ੈਲਦਾਰ ਇਹ ਨਾਂ ਸੁਣਿਓ ਸਾਹੀ ਸਾਈਦ हसन ਜੀ ਨਾਂ ਪਿੰਡ ਦੇ ਉਹਨਾਂ ਦੇ ਨਿਸ਼ਚੇ ਵਾਲੇ ਨਹੀਂ ਸੁਣੇ ਇੱਕ ਰੇਲਵੇ ਮਿਨਿਸਟਰ ਸੀ ਉੱਥੇ ਦੇ ਮੁਸਲਮਾਨ ਸਾਰੇ ਨਹੀਂ ਨਹੀਂ ਉਹਨਾਂ ਦਾ ਨਹੀਂ ਨਾਂ ਦਾ ਨਹੀਂ ਪਤਾ ਸ਼ਕਰੁੱਲਾ ਖਾਨ ਸੀਗੇ ਜਿਨ੍ਹਾਂ ਨੇ ਹੁਣ ਵੀ ਕਹਿੰਦੇ ਤੁਹਾਡੇ ਕੋਲ ਤੇ ਸਾਰੀਆਂ ਲਿਖਤਾਂ ਹੋਈਆਂ ਤੁਸੀਂ ਤੇ ਲਿਖਤਾਂ ਦੇ ਚਾਹਦੇ ਹੋ ਤੇ ਤੁਹਾਨੂੰ ਸਾਰੀ ਵਾਕ ਵੀ ਤੇ ਅਸੀਂ ਇਨਪਾਰ ਵੀ ਸੀਗੇ ਨਹੀਂ ਨਹੀਂ ਸਿੱਧਾ ਕਰੋ ਕੋਈ ਗੱਲ ਹੀ ਨਹੀਂ ਤੁਹਾਡੀ ਗੱਲ ਇਹ ਦੂਜੀ ਗੱਲ ਇਹ ਹੋਰ ਨਾ ਬੰਦਿਆਂ ਨਾਲ ਜਿਨ੍ਹਾਂ ਨਾਲ ਵਾਸੀ ਉਹਨਾਂ ਦਾ ਪਤਾ ਸੀ ਜਿਹੜੇ ਕੋ ਬੰਦੇ ਆਉਣ ਜਾਣ ਵਾਲੇ ਸਨ ਤੇ ਜ਼ਿਆਦਾ ਨਹੀਂ ਸੀ ਕਿਉਂਕਿ ਜਦੋਂ ਕੰਮ ਪੈਂਦਾ ਸੀ ਕੋਠਾਣੇ ਟਾਣਾ ਦਾ ਫਿਰ ਜਿਹੜੇ ਵੱਡੇ ਬਦਮਾਸ਼ ਸਨ ਉਹ ਵੀ ਆਉਂਦੇ ਜਾਂਦੇ ਹਜ਼ਾਰਾ ਬੈਂਕੇ ਆਲਾ ਸੀ ਸ਼ਰਮਾ ਬਣੀਆਂ ਆਲਾ ਉਹ ਵੀ ਭਾਈ ਇਕ ਆਉਂਦੇ ਹੁੰਦੇ ਸਨ ਵੀ ਆ ਸਾਡਾ ਕੰਮ ਬੁੱਢਾ ਸੀ ਤੂੰ ਪੁਰਾਣਾ ਬਈ ਅੱਛਾ ਤੂੰ ਹਜ਼ਾਰਾ ਦੇਖਿਆ ਹੈ ਹਾਂਜੀ ਹਜ਼ਾਰਾ ਦੇਖਿਆ ਹਜ਼ਾਰਾ ਦੇਖਿਆ ਉਹਨਾਂ ਦਾ ਮੁੰਡਾ ਹੈਗਾ ਹੁਣ ਮੁੰਡਾ ਉਹਨਾਂ ਦਾ ਹੈ ਉਹ ਤਿੰਨ ਭਰਾ ਸਨ ਵੱਡਾ ਪਿਆਰਾ ਸਿੰਘ ਸੀ ਛੋਟਾ ਹਜ਼ਾਰਾ ਸਿੰਘ ਚੀਮੇ ਸੰਜਾਨ ਚੀਮੇ ਆਓ ਬਹੁ ਸਮਾਣੇ ਬੈਠੇ ਆ ਸਮਾਣੇ ਬੈਠੇ ਹਾਂਜੀ ਬਿਲਕੁਲ ਸਹੀ ਬਾਤ ਉਹਦਾ ਕਤਲ ਹੋ ਗਿਆ ਸੀ ਹਾਂ ਬਾਤ ਕਤਲ ਹੋ ਗਿਆ ਅਜਾ ਇਹਨਾਂ ਮਤਲਬ ਜਿਹੜਾ ਹਜ਼ਾਰਾ ਸੀਗਾ ਬਾਂਕੇੜਾ ਹਾਂਜੀ ਉਹ ਤਾਂ ਬੜਾ ਮਸ਼ਹੂਰ ਬੰਦਾ ਸੀਗਾ ਬੜਾ ਮਸ਼ਹੂਰ ਬੰਦਾ ਸੀ ਕੱਦ ਛੋਟਾ ਸੀ ਦਿਲ ਪਤਾ ਨਹੀਂ ਉਹਦਾ ਕਿੱਥੇ ਆਇਆ ਸੀ ਮਤਲਬ ਬਹੁਤ ਦਿਲ ਦਾ ਹਿਸ਼ਾਰ ਸੀ ਤੇ ਬੜਾ ਚਲਾਕ ਬੰਦਾ ਸੀ ਤੁਹਾਡੇ ਪਿੰਡ ਵੀ ਕਦੀ ਆਇਆ ਸੀ ਪਿੰਡ ਆਉਂਦਾ ਰਹਿੰਦਾ ਸੀ ਇਹ ਦਿਨੇ ਨਹੀਂ ਰਾਤ ਨੂੰ ਨਾ ਰਾਤ ਨੂੰ ਵੀ ਆਉਂਦਾ ਜਿਹਨੇ ਵੀ ਆਉਂਦਾ ਸੀ ਅੱਛਾ ਆਹ ਲਾ ਲੈਂਦਾ ਸੀ ਮੌਕਾ ਹਾਂ ਲਾ ਲੈਂਦਾ ਸੀ ਮੌਕਾ ਜਿਆਦਾ ਉਹ ਚੋਰੀ ਬਾਲਦਾ ਨਹੀਂ ਹੁੰਦੀ ਸੀ ਬਾਲਦੇ ਦੀ ਚੋਰੀ ਬਾਲਦੇ ਦੇ ਕੋਈ ਨਹਿਰ ਤੋਂ ਉੱਤੇ ਪੁਲਿਸ ਹੀ ਨਾ ਜਿਹੜਾ ਨੰਦੀਪੁਰ ਵਾਲੀ ਨਹਿਰ ਤੇ ਜਿੰਨੇ ਵੀ ਪੁਲਿਸ ਨੇ ਬੰਬਾਲੇ ਇਹਦਾ ਕੋਈ ਜਾਂਦਾ ਡੰਗਰ ਰੋਕਦਾ ਨਹੀਂ ਸੀ ਹਜ਼ਾਰਾਂ ਜਾਂ 10000 ਜਾਂ 15-15 ਜਾਂ ਹਜ਼ਾਰਾਂ ਬੈਂਕਾਂ ਦੇ ਨਾਲ ਪੁਲਿਸ ਵਾਲੇ ਰੋਕਣਾ ਨਹੀਂ ਡੰਗਰ ਨਹੀਂ ਰੋਕਣਾ ਇਹ ਵੀ ਪਤਾ ਹੁੰਦਾ ਸੀ ਕਿਥੋਂ ਲੈ ਕੇ ਆਇਆ ਨਹੀਂ ਚੋਰੀ ਨਹੀਂ ਆਉਂਦਾ ਸੀ ਇਹ ਲੈ ਕੇ ਕਿਹੜਾ ਮੁੱਲ ਆਉਂਦਾ ਸੀ ਪਰ ਰੋਕਣਾ ਨਹੀਂ ਰੋਕਣਾ ਬਹੁਤ ਮੇਲਗੇਲ ਸੀ ਉਹਦਾ ਵਾਜਾ ਵੇ ਮੇਲਗੋਲ ਹੁੰਦਾ ਏ ਧਾਮੀ ਸਾਹਿਬ ਬੰਦਿਆਂ ਦੇ ਨਾਲ ਜਿੱਦੇ ਜਿਹਦੇ ਨਾਲ ਬੰਦੇ ਚਾਰ ਹੋਣ ਉਹਦਾ ਮੇਲਗੇਲ ਹੋ ਜਾਂਦਾ ਦੂਜੇ ਦਾ ਮੇਲਗੇਲ ਕਰਦਾ ਤੁਹਾਡੇ ਆਪਣੇ ਪਿੰਡ ਦਾ ਨਹੀਂ ਸੀ ਕੋਈ ਇਸ ਤਰ੍ਹਾਂ ਦਾ ਮਸ਼ਹੂਰ ਬੰਦਾ ਨਹੀਂ ਆਪਣੇ ਪਿੰਡ ਦਾ ਸਾਡੇ ਪਿੰਡ ਚੋਰੀ ਨਹੀਂ ਸੀ ਕੋਈ ਕਰਦਾ ਤੇ ਸਾਹਮਣੇ ਜਿਹੜਾ ਚੋਰ ਨੂੰ ਆਉਂਦੇ ਹਨ ਸਾਡੇ 8 ਕ ਮਾਣੀਆਂ 8 ਮਾਣ ਕਣਕ ਸਾਡੀ ਇੱਕ ਮਾਣੀ ਹੁੰਦੀ ਸੀ 8 ਮਾਣਾਂ ਦੀ ਮਾਣੀ ਹੁੰਦੀ ਸੀ ਅੱਠ ਮån ਸਾਡਾ ਆਟਾ ਲੱਗ ਜਾਂਦਾ ਹੁੰਦਾ ਸੀ 17 ਦਿਨ ਬੰਡੀ ਰਹਿੰਦੀ ਸੀ ਤੇ ਉੱਥੇ ਆਉਂਦੇ ਹਨ ਬਦਮਾਸ਼ ਵੀ ਆਉਂਦੇ ਸਾਨੂੰ ਉਹਨਾਂ ਦੀ ਸੇਵਾ ਵੀ ਕਰੀਦੀ ਸੀ ਮੰਝੀਆਂ ਨੂੰ ਦੇਣੀ ਆ ਪਰ ਉਹ ਸਾਨੂੰ ਛੇੜਦੇ ਵੀ ਨਹੀਂ ਸਨ ਸਾਡੀ ਰਾਖੀ ਕਰਦੇ ਸਨ ਕਿਹੜੇ ਕਿਹੜੇ ਬਦਮਾਸ਼ ਆਉਂਦੇ ਸੀ ਜੀ ਉੱਥੇ ਤੇ ਸ਼ਰਮਾ ਬਣੀਆਂ ਵਾਲਾ ਆ ਜਾਂਦਾ ਸੀ ਹਜ਼ਾਰਾਂ ਬੰਦੇ ਸ਼ਰਮਾ ਸ਼ਰਮਾ ਬਾਂਮੜ ਸੀ ਨਹੀਂ ਜਾਟੀ ਸੀ ਨਾ ਸ਼ਰਮਾ ਸੀ ਹਾਂ ਨਾ ਸ਼ਰਮਾ ਸ਼ਰਮਾ ਸੀ ਸ਼ਰਮਾ ਸ਼ਰਮ ਸਿੰਘ ਸੀ ਉਹਦਾ ਸ਼ਰਮ ਸਿੰਘ ਅੱਛਾ ਇਹ ਕਿਹੜੇ ਪਿੰਡ ਦਾ ਸੀ ਜੀ ਬਣੀਆਂ ਦਾ ਬੜੀਆਂ ਦਾ ਹਾਂ ਹਾਂ ਯਾਰ ਬੈਂਕਿਆਂ ਦਾ ਵਾਹ ਜੀ ਵਾਹ ਕੋਈ ਮੁਸਲਮਾਨਾ ਜੋ ਵੀ ਮਸ਼ਹੂਰ ਸੀਗੇ ਉਧਰ ਜਿਹੜੇ ਇਸ ਤਰ੍ਹਾਂ ਬਦਮਾਸ਼ ਬੰਦੇ ਸੀ ਮੁਸਲਮਾਨ ਬਦਮਾਸ਼ੀ ਚ ਨਹੀਂ ਸੀ ਕੋਈ ਵੀ ਮਸ਼ਹੂਰ ਸਾਡੇਆਂ ਪਿੰਡਾਂ ਚ ਜੀ ਉਧਰ ਦਾਨੇ ਬੰਦੇ ਆਏ ਸਨ ਇੱਕ ਫਤਿਹ ਮੁਹੰਮਦ ਸੀ ਗਰਾਮ ਰਸੂਲ ਸੀ ਇਹ ਕਿੱਥੇ ਦੇ ਸੀ ਇਹ ਸਾਡੇ ਗੱਗੜ ਵਾਲੀ ਦੇ ਜੀ ਤੇ ਮਸ਼ਹੂਰ ਬੰਦੇ ਸਨ ਮਤਲਬ ਇਹ ਚੋਰੀ ਚ ਨਹੀਂ ਸਨ ਐਨੇ ਵੱਡੇ ਯੋਨੀ ਸਾਡੇ ਤੇ ਇਹ ਜਿਹੜੇ ਖਾਸ ਖਾਸ ਮੁਸਲਮਾਨ ਸੀ ਜਿਹਦਾ ਬੁੱਢੇ ਗਰਾਏ ਵਾਲੇ ਸੀਗੇ ਜ਼ੈਲ ਦਾ ਹਾਂਜੀ ਹਾਂਜੀ ਇਹਨਾਂ ਬਾਰੇ ਵੀ ਕੁਝ ਗੱਲਾਂ ਦੱਸੋ ਇਹ ਬੁੱਢੇ ਗਰਾਏ ਵਾਲੇ ਜ਼ੈਲਦਾਰ ਜਿਹੜੇ ਸਨ ਪਿੰਡ ਦੇ ਮਾਲਕ ਸਨ ਜੀ ਮਾਲਕੀ ਬਹੁਤ ਖੁੱਲੀ ਸੀ ਦਿਲ ਦੀ ਉਹਦਾ ਜਵਾਨ ਵੀ ਤੁਹਾਡੇ ਹੰਗ ਚੰਗੇ ਸਨ ਦੂਜੀ ਗੱਲ ਇਹ ਵੀ ਦਿਲ ਵੀ ਸਾਫ਼ ਸੀ ਹਰ ਇੱਕ ਬੰਦੇ ਦੀ ਬਾਹ ਫੜਦੇ ਸਨ ਜਦੋਂ ਸਾਡੀਆਂ ਵੋਟਾਂ ਪਈਆਂ ਨੇ ਉਦੋਂ ਦੋਏ ਪਾਰਟੀਆਂ ਹਨ ਕਾਂਗਰਸ ਦੇ ਮੁਸਲਮਾਨ ਲੀਗ ਮੈਂ ਵੀ ਗਿਆ ਥਾਂ ਡੱਲੇ ਕੀ ਇਲੈਕਸ਼ਨ ਤੇ अच्छा जी हां जी ਤੇ ਉਦੋਂ ਵੋਟਾਂ ਦਾ ਹੀ ਰਾਜ ਸੀਗਾ ਇਹ ਮੁਸਲਮਾਨ ਲੀਗ ਦੀਆਂ ਤੇ ਆਪਣੇ ਵੋਟਾਂ ਪਈਆਂ ਹਨ ਕਾਂਗਰਸ ਦੀਆਂ ਤੇ ਬੜਾ ਬਧੀਆ ਅਮਨ ਅਮਾਨ ਨਾਲ ਪੈ ਗਈਆਂ ਹਨ ਕੋਈ ਸ਼ਾਂਤੀ ਮਾਹੌਲ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਸੀ ਕੋਈ ਟੜੇ ਬੰਦੇ ਵਾਲੀ ਗੱਲ ਨਹੀਂ ਸੀ ਕੋਈ ਖਿੱਚ ਦਰੂਰ ਨਹੀਂ ਸੀ ਜਿੱਥੇ ਕਿਹਦਾ ਦਿਲ ਕਰਦਾ ਉਸੇ ਵੋਟ ਪਾਏ ਉਹਦੇ ਵੋਟ ਹਰੇਕ ਦੀ ਤਰੀ ਸੀ ਨਹੀਂ ਜੀ ਵੋਟਾਂ ਸਾਰੀਆਂ ਬਣੀਆਂ ਹਨ ਸਾਡੀਆਂ ਜਿਹੜੀਆਂ ਮਤਲਬ ਬੰਦੇ ਸਨ ਜਵਾਨ ਉਹਨਾਂ ਦੀਆਂ ਸਾਰੀਆਂ ਦੀਆਂ ਬੜੀਆਂ ਇੱਕ ਪਾਸੇ ਬੁੱਢੇ ਗਰਾਏ ਵਾਲੇ ਖੜੇ ਸੀਗੇ ਜ਼ੈਲਦਾਰ ਮੇਰੇ ਕੱਲ ਹਾਂਜੀ ਹਾਂਜੀ ਦੂਜੇ ਪਾਸੇ ਮੈਨੂੰ ਲੱਗਦਾ ਡਸਕੇ ਵਾਲੇ ਖੜੇ ਸੀਗੇ ਡਸਕੇ ਵਾਲੇ ਖਲੋਤੇ ਸਨ ਇਹ ਉਹਨਾਂ ਦਾ ਨਾਮ ਸੀਗਾ ਸਰ ਮੁਹੰਮਦ ਜ਼ਫਰੁਲਾ ਖਾਂ ਸਾਹੀ ਸਾਹੀ ਸਾਨੂੰ ਤੇ ਮਤਲਬ ਇਹ ਆ ਭਈ ਸਾਡੇ ਸਿਰਾਂ ਵਾਲੇ ਵਾਲੇ ਸਰਦਾਰ ਖਲੋਤੇ ਸਨ ਵਾਹ ਜੀ ਵਾਹ ਉਹ ਤਾਂ ਬੜੇ ਵੱਡੇ ਸਦਾਸ ਸੀ ਹਾਂਜੀ ਅੱਛਾ ਇਹ ਜਿਹੜੇ ਸਿੜੀਆਂ ਵਾਲੇ ਸਦਾਸ ਸੀ ਇਹਨਾਂ ਦੀ ਗੋਤ ਕੀ ਸੀ ਜੀ ਇਹਨਾਂ ਦੀ ਗੋਤ ਯਾਦ ਨਹੀਂ ਮੈਨੂੰ ਭੁੱਲ ਗਿਆ ਗੋਤ ਨੇ ਮੈਂ ਨਾਲ ਜਾਣਦਾ ਇਹਦੇ ਬਾਰੇ ਕੁਝ ਗੱਲਾਂ ਦੱਸੋ ਜੀ ਇਹਨਾਂ ਦੇ ਪਿੰਡ ਵਾਲੇ ਸਾਡੇ ਕੰਬੋਲ ਸਾਹਿਬ ਬੜਾ ਪੁੱਛਦੇ ਰਹਿੰਦੇ ਆ ਵੀ ਤੁਹਾਨੂੰ ਸਾਹਿਬ ਸਾਡੇ ਪਿੰਡ ਦੇ ਸਰਦਾਰਾਂ ਬਾਰੇ ਜ਼ਰੂਰ ਗੱਲਾਂ ਪੁੱਛਿਓ ਲਓ ਜੀ ਤੂੰ ਇਹ ਬਜ਼ੁਰਗ ਥੋੜਾ ਜਣਾ ਨੂੰ ਜਾਣਦੇ ਆ ਕੁਝ ਗੱਲਾਂ ਇਹਨਾਂ ਦੀਆਂ ਗੱਲਾਂ ਗੱਲਾਂ ਸੁਣਦੇ ਹੁੰਦੇ ਸਾਂ ਅਸੀਂ ਕਿਹੜਾ ਉੱਥੇ ਪਿੰਡ ਗਏ ਆ ਪਰ ਗੱਲਾਂ ਸੁਣਦੇ ਆ ਬੰਦੇ ਚੰਗੇ ਸਨ ਜਥਾ ਵੀ ਇੱਥੇ ਮਤਲਬ ਇਹਨਾਂ ਜਦੋਂ 47 ਦਾ ਵੱਡ ਵਡਾਂਗਾ ਸੀ ਆਪਣੇ ਪਿੰਡ ਦੇ ਵਿੱਚ ਜਥਾ ਵੀ ਮਨਾਇਆ ਉੱਥੇ ਰੋਕੇ ਵੀ ਲੋਕ ਕੈਂਪ ਬਣਾਇਆ ਹਾਂ ਕੈਂਪ ਬਣਾਇਆ ਕੈਫਰਾ ਬਣਾ ਕੇ ਤੋੜਿਆ ਉਥੋਂ ਬੜੇ ਅਮਨਮਾਨ ਨਾਲ ਲੈ ਕੇ ਆਏ ਬਾ ਜੀ ਆ ਪੂਰੀ ਰਾਖੀ ਵੀ ਕੀਤੀ ਇਹ ਆਪਣਾ ਸਰਕਾਰੀ ਮਤ ਵੀ ਲਈ ਮਿਲਟਰੀ ਵੀ ਮਂਗਾਈ ਆਪਣੀ ਬਈ ਬਹੁਤ ਵੱਡਾ ਹਾਂ ਜੀ ਬੜੇ ਲਖੇ ਸਨ ਹਿਯਾਰ ਸਨ ਬੰਦੇ ਬਹੁਤ ਤੇ ਇਹਨਾਂ ਨੂੰ ਕੋਈ ਨਾ ਜਾਣਦੇ ਨਹੀਂ ਸਿਰਾਂ ਵਾਲੀ ਵਾਲੇ ਸਰਦਾਰ ਹੀ ਦੱਸਦੇ ਹਨ ਜੀ ਹੁਣ ਨਾਂ ਨਾਲ ਮੈਨੂੰ ਇਹ ਨਹੀਂ ਯਾਰ ਨਹੀਂ ਠੀਕ ਹੈ ਕਿਉਂਕਿ ਭਾਈ ਉਹ ਨਹੀਂ ਫਿਰਦੇ ਫਿਰਦੇ ਹਨ ਉਹਨਾਂ ਨੂੰ ਨਾਂ ਦਾ ਪਤਾ ਨਹੀਂ ਕੱਲੇ ਕੱਲੇ ਦਾ ਅੱਛਾ ਜੀ ਹਾਂ ਜੀ ਇਹ ਤੁਹਾਡੇ ਨਾਲ ਪੁਰੇ ਲੱਗਦਾ ਸੀ ਗੁਜਰਾਵਾਲਾ ਗੁਜਰਾਵਾਲਾ ਉੱਧਰ ਵੀ ਕੋ ਰਿਸ਼ਤੇਦਾਰੀਆਂ ਸੀ ਰਿਸ਼ਤੇਦਾਰੀਆਂ ਸਾਡੀਆਂ ਕੁਜਰਾਵਾਲੇ ਸਾਡੇ ਜਿਹੜੇ ਸਾਡੇ ਭਰਾ ਹੈ ਸਾਡੇ ਨਾਲ ਰਹਿੰਦੇ ਲੰਬਾ ਵਾਲੀ ਪਿੰਡ ਸੀ ਉੱਥੇ ਇਹ ਪੂਆ ਬਤੁਰਗਾ ਸਗੇ ਭਰਾ ਤੇ ਸਾਡੇ ਭਾਈ ਜਾਦੇ ਸਾਡੇ ਦੇ ਇਹ ਚਾਚੇ ਦੇ ਪੁੱਤਰ ਉਹਨਾਂ ਚ ਕੋਈ ਬਜ਼ੁਰਗ ਹੈਗਾ ਬਜ਼ੁਰਗ ਉਹ ਨਾ ਜਾਈ ਨਹੀਂ ਬਜ਼ੁਰਗ ਕੋਈ ਨਹੀਂ ਬਜ਼ੁਰਗ ਜੇਕਰ ਮੈਂ ਇਹ ਸਾਡੇ ਪਿੰਡ ਦਾ ਨਾਂ ਸੋਹਣੀ ਇੱਕ ਹੋਰ ਹੈ ਉਹ ਕਿਹੜੇ ਪਿੰਡੋਂ ਆਏ ਜਿਹੜੇ ਦੂਜੇ ਦੂਜੇ ਇਹ ਸਾਡੇ ਝੁੜਕੀ ਤੋਂ ਆਏ ਸਾਰੀ ਹਾਂ ਉਹ ਵੀ ਕੋਮਣੀ ਨਹੀਂ ਕੋਮਣੀ ਠੀਕ ਤੇ ਹੁਣ ਚਲੋ ਸਾਰੀਆਂ ਗੱਲਾਂ ਆਪਾਂ ਕਰ ਲਈਆਂ ਸਾਰੀਆਂ ਤਾਂ ਚਲੋ ਨਹੀਂ ਕੀਤੀਆਂ ਜਾ ਸਕਦੀਆਂ ਕੁਝ ਗੱਲਾਂ ਅਸੀਂ ਕਰ ਲਈਆਂ ਤੁਹਾਡੇ ਪਿੰਡ ਬਾਰੇ ਇਲਾਕੇ ਬਾਰੇ ਤੇ ਹੁਣ ਆਪਾਂ ਗੱਲ ਕਰਨੀ ਹੈ ਜੀ 47 ਦੀ ਹੂੰ 47 ਜੀ ਵੀ ਕਿਸ ਤਰ੍ਹਾਂ ਉਹ ਜਿਹੜੇ ਪੂਰੀ ਕਹਾਣੀ ਤੁਹਾਨੂੰ ਮਨਪੂਰਵ ਕਹਾਣੀ ਦਾ ਪਤਾ ਜੀ ਮੀਂਹ ਪੈਂਦਾ ਸੀ ਪਿਆ ਸਾਡੇ ਪਿੰਡ ਦੇ ਮੁਸਲਮਾਨਾਂ ਨੇ ਜਾ ਕੇ ਕਹਿਤਾ ਉਹਨਾਂ ਨੂੰ ਬੁੱਢੇ ਘਰਾਏ ਆ ਜਲਦਾਰਾਂ ਨੂੰ ਤੇ ਝੁਲਕੀ ਵਾਲੇ ਬੰਦੇ ਕੁਝ ਵਿੱਚ ਵਿੱਚ ਤਿਆਰ ਨੇ ਤੇ بارش ਪੈਂਦੀ ਸੀ ਉਹ ਕੋੜੀਆਂ ਦੇ ਸਾਡੇ ਪਿੰਡ ਆ ਗਏ ਜਲਦਾਰਾਂ ਨੂੰ ਪਹਿਲੇ ਜਥਾ ਘਲਤਾ ਤੇ ਸਾਡੇ ਇੱਕ ਸੁਨਿਆਰੀ ਸੀ ਉਹਨਾ ਠਾਗਰੀ ਸੀ ਉਹਦੀ ਮੌਤ ਹੋ ਗਈ ਸੀ ਵੈਸੀ ਵੈਸੀ ਮੌਤ ਹੋ ਗਈ ਤੇ ਉਹਨੂੰ ਅਸੀਂ ਉਹ ਕਹਿੰਦੇ ਦਫਨਾਓ ਭਾਈ ਆਖਣਗਾ ਦਫਨਾਣਾ ਨਹੀਂ ਵੀ ਅਸੀਂ ਹੁਣ ਤੁਹਾਡੇ ਕੋਲ ਹੀ ਰਹਿਣਾ ਜਿਹੜਾ ਅੱਗੋਂ ਕੋ ਮਰੇ ਕੋ ਖਪਰੇਗਾ ਉਹਨੂੰ ਦਫਨਾ ਲਿਆ ਕਰਾਂਗੇ ਵੀ ਇਹਦਾ ਮਤਲਬ ਇਹ ਆ ਵੀ ਤੁਸੀਂ ਜਦੋਂ 47 ਦੇ ਵਿੱਚ ਲੋਕ ਬਾਕੀ ਉੱਜੜ ਗਏ ਤੁਹਾਡਾ ਪਰਿਵਾਰ ਉੱਥੇ ਰਹਿ ਗਿਆ ਸਾਡੇ ਪਰਿਵਾਰ ਉੱਥੇ ਨਹੀਂ ਜਦੋਂ ਬਾਕੀ ਉੱਜੜ ਗਏ ਪਹਿਲਾਂ ਉਹਦੀ ਆਪਾਂ ਨਹੀਂ ਮਤਲਬ ਕੋਈ ਵੀ ਨਹੀਂ ਸੀ ਉਦੋਂ ਸਾਰਾ ਪਿੰਡ ਉੱਥੇ ਹੀ ਸੀਗਾ ਉੱਥੇ ਸੀ ਜਦੋਂ ਬਾਕੀ ਨੇੜੇ ਪਿੰਡ ਆ ਗਏ ਸੀ ਲਾਗੇ ਲਾਗੇ ਪਿੰਡ ਜਿਹੜੇ ਡੱਲੇਗੇ ਵਾਲੇ ਪਹਿਲਾਂ ਆਏ ਨੇ ਝਾੜਾਂ ਵਾਲੇ ਜਿਹੜੇ ਝਾੜੀ ਬੈਠੇ ਇਹ ਆਏ ਨੇ ਪਹਿਲਾਂ ਕਿਉਂਕਿ ਅੱਗ ਚ ਪਹਿਲੀ ਪਾਦਰੋਂ ਨੂੰ ਡੱਲੇ ਕੀ ਲੱਗੀ ਅੱਛਾ ਆ ਚਾੜਾ ਬੈਠੀ ਹੈ ਚਾੜੀ ਬੈਠੀ ਹੈ ਹੈਗਾ ਉਹਨਾਂ ਦਾ ਕੋਈ ਬਜ਼ੁਰਗ ਅ ਬਜ਼ੁਰਗ ਤੇ ਮੇਰੇ ਖਿਆਲ ਨਹੀਂ ਹੋਣਾ ਕੋਈ ਅੱਛਾ ਜੀ ਹਾਂ ਠੀਕ ਹੈ ਉਹਦਾ ਬੰਦੇ ਮਿਲ ਸਕਦੇ ਨੇ ਇੱਕ ਬਜ਼ੁਰਗ ਗੱਲਾਂ ਕਰਦੇ ਹੀ ਰਹੇ ਨੇ ਅੱਛਾ ਜੀ ਤੇ ਉਹ ਆਮ ਬੰਦਿਆਂ ਨੂੰ ਪਤਾ ਵੀ ਹੁੰਦਾ ਤੇ ਮਤਲਬ ਉਹ ਇਹ ਡੱਲੇ ਕੀ ਅੱਗ ਲੱਗੀ ਤੇ ਉਹ ਫਿਰ ਸਾਡੇ ਪਿੰਡ ਦਾ ਵੀ ਕਿਸੇ ਨੇ ਲਾਤੀ ਮੋਤੀ ਵੀ ਉਹ ਚੱਲੇ ਨੇ ਜੀ ਝੁਲਕੀ ਵਾਲੇ ਵੀ ਚੱਲੇ ਨੇ ਜੀ ਜੈਲਦਾਰਾਂ ਨੇ ਪਹਿਲਾਂ ਜਿਆਦਾ ਗਲਤਾ ਉੱਜਾ ਆਇਆ ਜੀ ਭੈਣ ਦੇ ਹੰਗੂਰੂ ਕੰਗਰੂ ਬਦੇ ਬਰਸ਼ੇ ਉਹਨਾਂ ਫੜੇ ਤੇ ਮਾਰ ਨਾਰਾ ਤਕਬੀਰ ਨਾਰਾ ਤਕਬੀਰ ਸਾਡੀ ਵੇਲੀ ਦੇ ਮਗਰੋਂ ਦੀ ਵੇਲੀ ਬੜੀ ਸਾਡੀ ਵੱਡੀ ਸੀ ਇਸ ਨੇ ਦੱਖਣ ਨੂੰ ਬੂਹਾ ਸੀ ਸਰਾਉਣ ਸਾਡਾ ਤੇ ਵੇਲੀ ਬਹੁਤ ਵੱਡੀ ਸੀ ਮਗਰੋਂ ਦੀ ਨੰਗਣ ਲੱਗੇ ਜਦੋਂ ਉੱਥੇ ਗ੍ਰਾਮ ਰਸੂਲ ਜਿਹੜਾ ਸੀ ਸਾਡੇ ਨਾਲ ਆਇਆ ਸੀ ਉਹ ਦੂਜੀ ਪੰਚਾਇਤ ਦੇ ਵਿੱਚ ਆਇਆ ਸੀ ਠਾਕਰੀ ਜਿਹੜੀ ਮਰ ਗਈ ਸੀ ਸੁਨਿਆਰੀ ਉਹਦੇ ਵਿੱਚ ਉਹਨਾਂ ਸੱਜਿਆ ਵੀ ਹੁਣ ਦਫਨਾਉਂਦੇ ਨਹੀਂ ਤੇ ਤੁਸੀਂ ਇਹਨਾਂ ਦੇ ਭਰਾ ਹੋ ਤੇ ਤੁਸੀਂ ਆਓ ਮੁਸਲਮਾਨ ਜਿਹੜੇ ਸਨ ਵੀ ਇਹਨਾਂ ਨੂੰ ਸਮਝਾਓ ਬੁੱਢਾ ਸਿੰਘ ਉਹਨਾਂ ਨੂੰ ਕਿ ਹੁਣ ਸਿੱਖ ਬਣ ਕੇ ਨਹੀਂ ਸਰਨਾ ਹਾਂ ਸਿੱਖ ਬਣ ਕੇ ਨਹੀਂ ਸਰਨਾ ਉਹ ਆਇਆ ਉਹ ਬਣ ਕੇ ਨਹੀਂ ਸਰਨਾ ਤੇ ਤੁਸੀਂ ਹੁਣ ਥੋੜੇ ਇਹਨਾਂ ਦੇ ਨਾਲ ਚੱਲੋ ਮੁਸਲਮਾਨਾਂ ਵਾਲੀਆਂ ਰੌ ਰੀਤਾਂ ਕਰੋ ਕਰੋ ਫੇ ਭਾਈ ਆਖਣਗਾ ਵੀ ਜਿਹੜਾ ਕੋਈ ਅੱਗੋਂ ਬੰਦਾ ਮਰਦੇ ਵੀ ਆਉਣੇ ਨੇ ਜੰਮਦੇ ਵੀ ਆਏ ਏਕ ਤੇ ਕੰਮ ਕਿਹੜਾ ਭਾਈ ਅਜੇ ਨਵਾਂ ਤੇ ਹੁਣ ਸਾਨੂੰ ਤੁਸੀਂ ਇਹ ਅੱਜ ਸਾਲ ਲੈਣ ਦਿਓ ਤੇ ਤੁਸੀਂ ਅੱਗੋਂ ਫਿਰ ਅਸੀਂ ਦਮਰਾਦਿਆ ਕਰਾਂਗੇ अच्छा उजना ਨੂੰ ਜਥਾ ਆ ਗਿਆ ਅਸੀਂ ਉਹ ਦਫਨਾ ਕੇ ਆਏ ਸਾਂ ਉਹ ਨਾਰਾ ਤਕਬੀਰ ਨਾਰਾ ਤਕਬੀਰ ਉਹ ਵੀ ਜਿਹੜਾ ਗ람 رسول ਸੀ ਉਹ ਤੁਹਾਡੇ ਜਵਾਨ ਸੀ ਉਹ ਨਾਰੇ ਦਾ ਜਵਾਬ ਦਿੱਤਾ ਉਹਨਾਂ ਨੂੰ ਉਹ ਵੀ ਉੱਥੇ ਸਾਡੀ ਵਿਹਲੀ ਜੀ ਬਹਿ ਗਏ اچھا ਜਿਹੜਾ ਅੱਛਾ ਉਹ ਗਲਾਮ رسول ਕਿੱਥੇ ਦੱਸੇ ਉਹ ਨਾਲ ਗੱਗੜ ਵਾਲੇ ਦਾ ਘੁੰਮਣ ਸੀ ਉਹ ਵੀ ਕੋ ਮਨਸ ਵਾ ਉਹਨੇ ਜਵਾਬ ਦਿੱਤਾ ਉਹਨੂੰ ਪਤਾ ਲੱਗਿਆ ਵੀ ਮੂਰੇ ਵੀ ਇਹਨਾਂ ਦੇ ਸਾਥੀ ਸਾਥੀ ਹੈਗੇ ਆਹ ਹੈ ਹੈਗੇ ਕੋਈ ਗੱਲ ਨਹੀਂ ਮਤਲਬ ਜਿਹੜੀ ਗੱਲ ਵਾਸਤੇ ਸਾਨੂੰ ਸੱਦੇ ਆਇਆ ਵੀ ਉਹ ਗੱਲ ਕੋ ਨਹੀਂ ਵੀ ਸ਼ਰਾਜ ਨੇ ਬਿਦਾਰ ਸ਼ਰਾ ਤੋਂ ਨਹੀਂ ਅੱਛਾ ਤੇ ਉਹ ਮਤਲਬ ਵੀ ਇੱਥੇ ਝਗੜਾ ਜੋੜਾ ਕੋ ਨਹੀਂ ਆਮ ਬੰਦੇ ਹੁੰਦੇ ਨੇ ਸ਼ਰਾਰਤੀ ਸ਼ਰਾਰਤੀ ਜਾ ਕੇ ਮਤਲਬ ਗੱਲ ਨੂੰ ਚੁੱਕਦੇ ਨੇ ਬਿਲਕੁਲ ਤੇ ਉਹ ਉਹਨਾਂ ਜੀ ਅੱਜ ਲੰਬੂ ਲਾਤਾ ਉਹਨਾਂ ਅਜ ਉਹਨੂੰ ਮਤਲਬ ਸਾੜਤਾ ਸੁਨਿਆਰੀ ਨੂੰ ਤੇ ਇਹ ਕੰਮ ਉਹ ਤੇ ਆਪਣੀਆਂ ਆਪਣੀਆਂ ਮਰਜ਼ੀਆਂ ਕਰਦੇ ਨੇ ਉਹ ਫੇਰ ਮਤਲਬ ਉਹ ਜਥਾ ਗਲਤਾ ਜਥਾ ਗਲਤਾ ਗੋਨੋ ਨਾਰਾ ਦਾ ਜਵਾਬ ਦਿੱਤਾ ਉਹ ਸਾਡੀ ਵਿਹਲੀ ਚ ਬਹਿ ਗਿਆ ਬਹਿ ਗਿਆ ਦੋ ਜਨ ਮਗਰੋਂ ਅਸੀਂ ਗਾਇ ਖੂਦ ਤੇ ਉਹ ਵੀ ਆ ਗਿਆ ਗੈਰਦਰ ਵੀ ਆ ਗਏ ਮੰਜੀਆਂ ਡਾਤੀਆਂ ਉਹ ਤਾਂ ਕੁਰਸੀਆਂ ਕਰਤੀਆਂ ਦੁੰਦੀਆਂ ਨਹੀਂ ਸਨ ਮੰਜੀਆਂ ਡਾਈਆਂ ਬੈਠਾ ਦੁੱਧੋ ਤੇ ਲਿਆਂਦਾ ਪੀਤਾ ਖਾਣ ਕੇ ਬੁੱਢਾ ਸੀ ਨਾ ਸਾਨੂੰ ਪਤਾ ਲੱਗਾ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਜਦੋਂ ਗram ਰਸੂਲ ਨੂੰ ਵੇਖਿਆ ਨਾ ਪਿਆ ਵਿੱਚ ਪੰਚਾਇਤ ਦੇ ਆਇਆ ਬੰਦਾ ਵੀ ਪਰੇ ਦਾ ਬੰਦਾ ਦੂਜੇ ਪਿੰਡ ਦਾ ਆਇਆ ਉਹਨਾਂ ਇਹ ਗੱਲ ਹੀ ਨਹੀਂ ਕੀਤੀ ਵੀ ਠਾਗਰੀ ਮਰ ਗਈ ਜਾਂ ਕੀ ਹੋਇਆ ਜਾਂ ਕੀ ਨਹੀਂ ਤੁਸੀਂ ਸੰਸਕਾਰ ਕੀਤਾ ਜਾਂ ਦਫਨਾਇਆ ਪੁੱਛਿਆ ਵੀ ਨਹੀਂ ਅੱਛਾ ਇਹ ਉਹ ਖਾਣ ਕੇ ਤੁਹਾਨੂੰ ਸਾਨੂੰ ਪਤਾ ਲੱਗਾ ਵੀ ਤੁਹਾਡੇ ਬੰਦੇ ਕੋਈ ਜਾ ਰਹੇ ਨੇ ਆ ਜਾਂਦਾ ਵੀ ਮੈਂ ਤੇ ਨਹੀਂ ਜਾ ਸਕਦਾ ਜੇ ਮੈਂ ਜਾਵਾਂਗਾ ਤੇ ਤੁਹਾਨੂੰ ਦੱਸ ਕੇ ਜਾਵਾਂ ਉਹ ਆਖਣਗੇ ਤੂੰ ਦੂਜੇ ਬੰਦੇ ਜਿਹੜੇ ਪਿੰਡ ਦੇ ਨੇ ਉਹ ਸੱਦੋ ਤੇ ਸਾਨੂੰ ਪਤਾ ਲੱਗ ਜਾ ਵੀ ਸਾਰੇ ਪਿੰਡ ਦੀ ਕੀ ਸਲਾਹ ਹੈ ਸੱਦੇ ਸਾਡੇ ਅੱਧਾ ਕੁ ਪਿੰਡ ਜਿਹੜਾ ਸੀ ਉਹ ਆਖਣ ਲੱਗਾ ਵੀ ਅਸੀਂ ਤੇ ਜਾਣਾ ਹੈ ਆਸਾਨੀ ਨਾਲ ਉਹ ਆਖਣਗੇ ਜਾਣੇ ਭਾਈ ਜਾਓ ਤੇ ਸਾਡਾ ਅੱਧਾ ਪਿੰਡ ਜਿਹੜਾ ਸੀ ਸਾਡੇ ਪਤੀ ਦਾ ਲਹਿੰਦੇ ਪਾਸੇ ਦਾ ਰਹਿ ਗਿਆ ਰਹਿ ਗਿਆ ਤੇ ਉਹ ਫਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਉਹ ਆਖਣ ਲੱਗੇ ਹੁਣ ਤੁਸੀਂ ਜਿਹੜਾ ਡੰਗਰ ਬੱਚਾ ਤੁਹਾਡਾ ਇਹ ਜਾਏਗਾ ਬੁੱਢੇ ਘਰਾਂ ਇਹ ਜਿਹੜੇ ਉੱਠ ਗਏ ਜਿਹੜੇ ਉੱਠ ਜਾਣ ਤੇ ਆਪਣੇ ਘਰਾਂ ਦੀਆਂ ਮਾਰੋ ਜੰਦਰੇ ਚਾਬੀਆਂ ਦਿਓ ਸਾਨੂੰ ਹਾਂ ਹਾਂ ਤੇ ਤੁਸੀਂ ਜਾ ਬਸ ਇਹਦੇ ਤੁਹਾਡਾ ਸਾਡਾ ਰਿਸ਼ਤਾ ਸੀ ਉਹ ਫਿਰ ਉਹਨਾਂ ਘਰਾਂ ਦੀਆਂ ਚਾਬੀਆਂ ਜੰਦਰੇ ਮਾਰੇ ਤੇ ਮੁਸ਼ਕੀਆਂ ਬਣੀਆਂ ਤੇ ਨਿਕਲ ਗਿਆ ਬਾਹਰ ਫਿਰ ਇੱਕ ਘਰ ਹੋਰ ਸੀ ਉਧਰਲੇ ਪਾਸੇ ਚੜ੍ਹਦੇ ਪਾਸੇ ਉਹਦੇ ਭਾਈ ਇਹਨਾ ਬਹੁਤ ਸੀ ਮੈਂ ਖਲੋਣ ਚੰਗਾ ਤੇ ਉਹ ਆਖਣਗਾ ਸ੍ਰਾਮ ਸਿੰਘਾ ਤੂੰ ਰਹਿ ਜਾ ਉਹ ਵੀ ਰਹਿ ਗਿਆ ਫਿਰ ਅਸੀਂ ਰਹਿ ਆ ਉੱਥੇ ਇੱਕ ਮਹੀਨਾ ਬਾਅਦ ਅਸੀਂ ਬਾਅਦ ਚਲੇ ਕਿੰਨੇ ਘਰ ਰਹਿ ਗਏ ਸੀ ਅਸੀਂ ਰਹਿ ਗਏ ਸਾਂ ਕੋਈ ਅੱਧਾ ਪਿੰਡੀ ਸ਼ਕਲ ਦਾ ਰਹਿ ਗਏ ਸਾਂ ਜੀ ਅੱਛਾ ਇੱਕ ਮਹੀਨਾ ਰਹਿ ਤੋ ਇੱਕ ਮਹੀਨਾ ਫਿਰ ਜਸਤੂ ਦੀ ਸੰਗਰਾਣ ਵਾਲ ਦਿਨ ਨਿਕਲਿਆ ਨਹੀਂ ਜਦੋਂ ਤੁਸੀਂ ਉੱਥੇ 1 ਮਹੀਨਾ ਰਹੇ ਹਾਂਜੀ ਆਸੀ ਬਸ ਅੱਗਾ ਵੀ ਲੱਗਦੀਆਂ ਹੋਣਗੀਆਂ ਹਮਲੇ ਵੀ ਹੁੰਦੇ ਹੋਣਗੇ ਸਾਡਾ ਬਾਪ ਅੱਗੇ ਜਾਂਦਾ ਹੁੰਦਾ ਸੀ ਕੋੜੇ ਤੇ ਚੜ ਕੇ ਜਦੋਂ ਕੋ ਕਾਫਲਾ ਜਾਂਦਾ ਸੀ ਮੁਸਲਮਾਨਾਂ ਦਾ ਤਰਵੀ ਨਾਲ ਜਦੋਂ ਕੋਈ ਪਿੰਡ 'ਚ ਜਥਾ ਆਉਂਦਾ ਸੀ ਤਰਵੀ ਅੱਗੇ ਹੋ ਜਾਂਦਾ ਹੁੰਦਾ ਸੀ ਨਹੀਂ ਔਰ ਮੁਸਲਮਾਨਾਂ ਨੇ ਭਾਈਏ ਕੋ ਆਉਣਾ ਤੇ ਚਾਚਾ ਫਲਾਣੀ ਪਿੰਡੋਂ ਜਥਾ ਆ ਗਿਆ ਤੇ ਹੁਣ ਅੱਗੇ ਹੋ ਅੱਛਾ ਜਦੋਂ ਸਿੱਖਾਂ ਦਾ ਜਥਾ ਆਉਂਦਾ ਸੀ ਸੇ ਕਲਰ ਜਿਹਾ ਆਉਣਾ ਕਿਥੋਂ ਦੀ ਸਿੱਖ ਤੇ ਜਰ ਜਾਰੇ ਕੋਈ ਮਾਰ ਕਾਇਆ ਵੰਟੋ ਕਰੀ ਨਹੀਂ ਹਲ ਸਕਦੇ ਮੁਸਲਮਾਨਾਂ ਦੀ ਜਿਹਾ ਆਉਂਦੇ ਆ ਤੇ ਇਹਨਾਂ ਨੂੰ ਕਿਉਂ ਲਿਜਾਂਦੇ ਹੁੰਦੇ ਸੀ ਸਾਡੇ ਪਿਤਾ ਜੀ ਨੂੰ ਇਹ ਕਾਰਮਖ्तार ਸੀ ਜੈਲਦਾਰਾਂ ਦੇ ਨਾਲ ਇਹਨਾਂ ਦੀ ਬਹੁਤ ਬਹਿਣੀ ਉੱਠਣੀ ਸੀ ਤੇ ਜੈਲਦਾਰਾਂ ਰਹੀ ਮੇਰਾ ਭਰਾ ਹੈ ਬੁੱਢਾ ਸਿੰਘ ਜੇ ਕੋਈ 19 ਨੇ ਕੀ ਇਹਦੇ ਨਾਲ ਹੋਈ ਤੇ ਮੈਂ ਤੁਹਾਡਾ ਬਾਲ ਬੱਚਾ ਜਿਹੜਾ ਸਾਰਾ ਮਾਰ ਛਣ ਅੱਛਾ ਹਾਂਜੀ ਇਹਦਾ ਭਰਾ ਬਣੇ ਸੀ ਜੈਲ ਦਾ ਜਿਹੜਾ ਬੁੱਢਾ ਬੁੱਢੇ ਘਰਾਏ ਵਾਲਾ ਗੋਲ ਨਮਾ ਗੁਲਨਵਾਸ ਹਾਂਜੀ ਨਹੀਂ ਜਦੋਂ ਤੁਸੀਂ 1 ਮਹੀਨਾ ਉੱਥੇ ਰਹਿ ਗਏ ਹਾਂਜੀ ਫਿਰ ਇਹ ਬੁੱਢੇ ਗਰਾਏ ਵੀ ਜਾਂਦੇ ਰਹੇ ਹਾਂਜੀ ਰਾਤ ਦਿਨ ਚੱਲਦੇ ਰਹਿਣਾ ਜੀ ਨਹੀਂ ਇਹ ਕੀ ਕੰਮ ਕੀ ਕਰਦੇ ਸੀ ਉਹਨਾਂ ਦੇ ਜੱਥੇ ਨਾਲ ਰਲ ਕੇ ਸਿੱਖਾਂ ਨੂੰ ਕੱਢਦੇ ਸੀ ਫਿਰ ਜਿਹੜੇ ਸਿੱਖਾਂ ਦਾ ਪੜਾਹ ਕਰਨਾ ਵੀ ਜੇ ਪਿੰਡ 'ਚ ਜਾਣਾ ਉੱਥੇ ਜਿਹੜਾ ਕੋ ਬੰਦਾ ਆਪਣਾ ਹੋਣਾ ਉਹਦੇ ਕੋਠੇ ਤੇ ਜਾ ਜਣਾ ਜੀ ਐਦਾਂ ਡੰਡੇ ਲੰਬੇ ਸਨ ਬਰਸ਼ੇ ਲੱਗੇ ਹੋਣ ਮਾਰਨੀ ਇਹਦਾ ਛਾਲ ਚਲੰਗ ਮਾਰਨੀ ਤੇ ਡੰਡੇ ਦੀ ਢੋਹ ਲਾਣੀ ਤੇ ਕੋਠੇ 'ਚ ਚੜ ਜਾਣਾ ਆਖਣਾ ਪਈ ਇੱਥੇ ਨਹੀਂ ਕਿਹਨੇ ਆਉਣਾ ਅੱਛਾ ਬਚਾਉਣੇ ਆ ਬਚਾਉਣੇ ਆ ਸਿੱਖ ਬਚਾਉਣੇ ਸਿੱਖ ਤੇ ਹਿੰਦੂਆਣੇ ਹਾਂਜੀ ਕਿੰਨੇ ਕ ਪਿੰਡਾਂ 'ਚ ਉਹ ਗਾਇ ਹੋਣਗੇ ਆ ਬਚਾਉਣਾ ਕਾਫੀ ਪਿੰਡਾਂ 'ਚ ਗਾਇਨ ਜੀ ਸਾਰੇ ਤਹਿਸੀਲ ਦੇ ਪਿੰਡਾਂ 'ਚ ਫਿਰਦਾਰਿਆ ਜਿੱਥੇ ਵੀ ਜਥਾ ਜਥਾ ਜਥੇ ਜਿੱਥੇ ਵੀ ਜਾਂਦਾ ਸੀ ਪਹਿਲਾ ਤਲਾਹ ਪਹੁੰਚ ਜਾਂਦੀ ਸੀ ਬੁੱਢਾ ਸਿੰਘ ਨੂੰ ਸੱਦੋ ਤੇ ਉਹ ਨਾਲ ਆਵੇ ਅੱਛਾ ਅੱਛਾ ਤਾਂ ਤੁਹਾਨੂੰ ਇੱਕ ਮਹੀਨਾ ਜਿਹੜਾ ਤੁਸੀਂ ਉੱਥੇ ਰਹੇ ਤੁਹਾਨੂੰ ਕੋਈ ਤੰਗੀ ਨਹੀਂ ਮੈਨੂੰ ਕੋਈ ਤੰਗੀ ਨਹੀਂ ਸਾਨੂੰ ਤੇ ਘਰ ਨਾਲ ਵੀ ਵਾਧੂ ਮਤਲਬ ਇਹ ਸਰਾਜ ਨਾਲ ਵੀ ਚੰਗੇ ਰਾਇਆ ਤੁਹਾਡੇ ਨਾਮ ਬਦਲੇ ਸੀ ਉਹਨਾਂ ਸਮੇਂ ਮੈਂ ਨਾਮ ਬਦਲੇ ਸਨ ਤੁਹਾਡਾ ਕੀ ਨਾਮ ਰੱਖਿਆ ਸੀ ਮੈਨੂੰ ਉਹ ਨਾਮ ਤੇ ਪਤਾ ਨਹੀਂ ਅਬਦੁੱਲਾਹ ਕਰੇ ਨਾਮ ਰੱਖਿਆ ਦਾ ਨਹੀਂ ਕੀ ਰੱਖਿਆ ਮੈਨੇ ਅਬਦੁੱਲਾਹ ਤੁਹਾਡੇ ਪਿਤਾ ਜੀ ਦਾ ਕੀ ਨਾਮ ਬਣ ਗਿਆ ਸੀ ਇਹਦਾ ਨਾਮ ਨਹੀਂ ਸਨ ਜੇ ਬਦਲੇ ਅੱਛਾ ਤਾਡੇ ਬਾਕੀ ਭਰਾਵਾਂ ਦੇ ਬਦਲ ਹਾਂ ਬਾਕੀ ਬਦਲ ਨਹੀਂ ਕਿਤੇ ਅਣ ਬਜ਼ੁਰਗ ਸਨ ਬਜ਼ੁਰਗਾਂ ਨੂੰ ਤਾਂ ਕਹਿੰਦੇ ਕੋਈ ਨਹੀਂ ਸਨ ਜਿਹੜਾ ਬੰਦਾ ਕੋ ਤੁਰਨੇ ਸੇ ਤੀਰ ਉਹਦਾ ਨਾਮ ਬਦਲਦੇ ਆਣੇ ਉਹ ਆਣਿਆ ਸਰਦਾਰ ਹੀ ਚੰਗਾ ਸਾਨੂੰ ਬੁੱਢਾ ਦਿੰਗੇ ਅੱਛਾ ਸਰਦਾਰ ਠੀਕ ਹੈ ਇਹ ਸਰਦਾਰ ਹੀ ਹੋ ਗਿਆ ਆ ਵੀ ਬੁੱਢਾ ਨਾ ਤੁਹਾਡਾ ਨਾਮ ਅਬਦੁੱਲਾ ਹੋ ਗਿਆ ਹਾਂ ਤੁਹਾਨੂੰ ਪਿੰਡ ਦੇ ਵਿੱਚ ਮੁਸਲਮਾਨ ਅਬਦੁੱਲਾ ਹੀ ਕਹਿੰਦੇ ਹਾਂ ਅਬਦੁੱਲਾ ਕਹਿੰਦੇ ਉਹਨੇ ਜਿਹੜੀ ਉਹਨੇ ਵਾਲ ਵਗੈਰਾ ਫੇਰ ਉਦੋਂ ਹਾਂ ਠੀਕ ਬੁੱਢਾ ਸਿੰਘ ਸਾਡੇ ਰਹੇ ਤੁਹਾਡੇ ਵਾਲ ਉਦੋਂ ਫੇਰ ਤੁਹਾਨੂੰ ਕੱਟਣੇ ਪਏ ਵਾਲ ਕੱਟਣੇ ਪਏ ਵਾਰੀ ਇਸ ਕਰ ਕਟਨੇ ਪਏ ਹਨ ਕਿ ਕਿਸ ਕਿਸੇ ਦਾ ਜਾਂਦੇ ਦਾ ਕੀ ਪਤਾ ਲੱਗਦਾ ਕਿਹੜੇ ਬਲੇ ਬਰਸ਼ਾ ਮਾਰ ਜਾ ਤੇ ਤੁਹਾਨੂੰ ਐ ਤੁਹਾਡਾ ਮਸੀਤ ਚ ਵੀ ਇਕੱਠ ਹੋਇਆ ਸੀ ਕਿ ਤੁਸੀਂ ਮੁਸਲਮਾਨ ਹੋ ਜਾਓ ਨਹੀਂ ਮਸੀਤੇ ਦਾ ਕੋਈ ਇਕੱਠ ਨਹੀਂ ਹੋਇਆ ਜੈਲਦਾਰੀ ਜਿਹੜਾ ਕਰ ਗਿਆ ਹਨ ਕਰ ਗਿਆ ਸਾਡੀ ਹਵੇਲੀ ਚ ਬਹਿ ਕੇ ਹੋਰ ਕੋਈ ਸਾਡਾ ਇਕੱਠ ਮੱਠ ਨਹੀਂ ਹੋਇਆ ਯਾਨੀ ਮੁਸਲਮਾਨ ਆਪਣਾ ਇਕੱਠ ਜ਼ਰੂਰ ਕਰਦੇ ਸਨ ਸਾਨੂੰ ਬੁਲਾ ਕੇ ਇਕੱਠ ਨਹੀਂ ਕੀਤਾ ਠੀਕ ਹੈ ਆ ਜੇ ਮੈਂ ਕਿ ਕਈ ਵਾਰੀ ਕੋਈ ਚੀਜ਼ ਖਾਸ ਖਾਈ ਹੋਵੇ ਨਹੀਂ ਨਹੀਂ ਬਿਲਕੁਲ ਖਾਈ ਤੇ ਨੇੜੇ ਵੀ ਨਹੀਂ ਹਣਾਉਂਦਾ ਮੈਂ ਨਹੀਂ ਮੋਟਾ ਮਾਸ ਖਾਂਦਾ ਤੇ ਹੋਰ ਕਿਸੇ ਨੂੰ ਕੀ ਜਾਂਦੇ ਜੇ ਅਲਦਾਰ ਕਹਿੰਦੇ ਹਨ ਵੀ ਅਸੀਂ ਨਹੀਂ ਖਾਂਦੇ ਤੇ ਤੁਸੀਂ ਕਿਸੇ ਨੂੰ ਕੀ ਕਹਿੰਦੇ ਹੋ ਤੇ ਅੱਛਾ ਵੀ ਧਰਮ ਬਦਲਣਾ ਤੇ ਸ਼ਰਾਬ ਬਦਲਣੀ ਹੈ ਖਾਣ ਨਾਲ ਕੋਈ ਮਤਲਬ ਨਹੀਂ ਜਿਹੜਾ ਤੁਸੀਂ 1 ਮਹੀਨਾ ਰਹੇ ਹਾਂਜੀ ਤੇ ਮਸੀਤੇ ਜਾਣ ਲੱਪੇ ਸੀ ਮਸੀਤੇ ਵੀ ਆਉਂ ਜਾਂਦੇ ਰਹੇ ਹਮਾਰੇ ਮੋਟੇ ਕੁਝ ਥੋੜਾ ਬਹੁਤਾ ਸਿੱਖਿਆ ਸੀ ਕੁਰਾਨ ਨਾ ਕੁਝ ਨਹੀਂ ਸਿੱਖਿਆ ਵਾ ਤੇ ਅਮੀ ਤੁਹਾਨੂੰ ਦੱਸਿਆ ਬਾਪੂ ਸਾਡੇ ਜਾਣ ਹੀ ਨਹੀਂ ਦੇਣਦੀ ਇੱਕ ਦਿਨ ਵੀ ਕਦੇ ਜਾਣਾ ਤੇ ਆਖਣਾ ਨਹੀਂ ਚਲੋ ਮੈਂ ਹੁਣ ਤੁਹਾਨੂੰ ਹੁਣ ਬੜੀਆਂ ਦਿਲ ਦੀਆਂ ਗੱਲਾਂ ਦੋ ਚਾਰ ਪੁੱਛਣੀਆਂ ਹੈ ਕਿ ਜਦੋਂ ਤਾੜਾ ਨਾਮ ਅਬਦੁੱਲਾ ਰੱਖਿਆ ਜਦ ਬਾਲ ਕੱਟੇ ਸੱਚ ਦੱਸਿਓ ਕਿੰਨਾ ਗਰੋਏ ਸੀ ਰੋਣ ਤੇ ਆਉਂਦਾ ਸੀ ਪਰ ਹੁਣ ਕਰਦੇ ਕੀ ਜਦੋਂ ਹਕੂਮਤ ਬਦਲ ਗਈ ਸੀ ਨਹੀਂ ਉਹ ਜਦੋਂ ਉਹ ਜਿਹੜੇ ਪਾਲ ਸੀਗੇ ਹਾਂਜੀ ਉਹ ਜਿਹੜੇ ਦਿਨ ਸੀ ਉਹਨਾਂ ਦਿਨਾਂ 'ਚ ਤੁਸੀਂ ਬੜੇ ਅੰਦਰੋਂ ਉਖੜੇ ਰਹੇ ਹੋਏ ਉਹ ਉਖੜੇ ਰਹੇ ਤੇ ਤਾਂ ਹੀ ਇੱਧਰ ਆਏ ਆ ਜੇ ਸਾਡਾ ਦਿਲ ਲੱਗ ਜਾਂਦਾ ਉੱਥੇ ਤੇ ਅਸੀਂ ਆਉਣਾ ਹੀ ਨਹੀਂ ਸੀ ਆਉਣਾ ਨਹੀਂ ਸੀ ਤੁਹਾਡੇ ਨਾਨਕੇ ਆ ਗਏ ਸੀ ਨਾਨਕੇ ਸਾਡੇ ਸਾਡੇ ਕੋਲ ਕੁਝ ਆ ਗਏ ਸਨ ਤੇ ਇੱਕ ਸਾਡਾ ਜਿਹੜਾ ਮਤਲਬ ਮਾਮੇ ਦਾ ਪੁੱਤਰ ਸੀ ਉਹ ਆ ਗਿਆ ਸੀ ਇੱਧਰ ਨੂੰ ਉਹ ਆਪਣੇ ਮਾਮਿਆਂ ਕੋਲ ਤੁਰ ਗਿਆ ਸੀ ਨਾਲ ਹੀ ਪਿੰਡ ਸੀ ਗੋਪੀਪੁਰ ਉੱਥੇ ਤੁਰ ਗਿਆ ਸੀ ਗੋਪੀਪੁਰ ਸੰਧੂਆਂ ਦਾ ਪਿੰਡ ਸੀ ਸੰਧੂਆਂ ਦਾ ਪਿੰਡ ਸੀ ਅੱਛਾ ਇਹ ਹੁਣ ਧੋਗੜੀ ਬੈਠੇ ਆਏ ਧੋਗੜੀ ਬੈਠੇ ਠੀਕ ਹੈ ਅਗਵਾ ਅਗਵਾਲ ਸਿੰਘ ਜੀ ਇਹ ਆਪਣਾ ਗੁਰਦੁਆਰਾ ਦਾ ਪ੍ਰਧਾਨ ਠੀਕ ਹੈ ਹਾਂ ਠੀਕ ਹੈ ਮੈਂ ਮਿਲਿਆ ਉਹਨਾਂ ਫੇਰ ਅੱਛਾ ਇੱਕ ਗੱਲ ਦੱਸਿਓ ਕਿ ਉਹਨਾਂ ਪਲਾਂ ਚ ਹੂੰ ਉਹਨਾਂ ਦਿਨਾਂ ਚ ਹਾਂਜੀ ਏ ਤੇ ਤੁਹਾਡੀ ਮਾਂ ਦਾ ਵੀ ਨਾਮ ਬਦਲ ਗਿਆ ਹੋਣਾ ਤੁਹਾਡੇ ਭਰਾਵਾਂ ਦਾ ਵੀ ਬਾਪੂ ਦਾ ਵੀ ਸਾਰਿਆਂ ਦਾ ਵੀ ਹਾਂਜੀ ਘਰ ਦੇ ਵਿੱਚ ਮਾਹੌਲ ਜਿਹੜਾ ਉਹ ਥੋੜਾ ਜਿਹਾ ਉਹ ਵੀ ਬਦਲ ਗਿਆ ਉਹ ਇਸ ਤਰ੍ਹਾਂ ਸੀ ਵੀ ਭਾਈਆ ਤੇ ਕਹਿੰਦਾ ਸੀ ਵੀ ਹੁਣ ਇੱਥੋਂ ਨਾ ਜਾਈਏ ਗੋਲ ਨਮਾਜ਼ ਕਹਿੰਦਾ ਸੀ ਵੀ ਮੈਂ ਡੀਸੀ ਕੋਲ ਮਨਜ਼ੂਰੀ ਲੈ ਕੇ ਤੁਹਾਡੀ ਜ਼ਮੀਨ ਵਾਪਸ ਮਗਾ ਲੀਣਾ ਕਿਉਂਕਿ ਜ਼ਮੀਨ ਦੀਆਂ ਜਿਹੜੀਆਂ ਫਰਦਾਸ ਹਨ ਉਹ ਇੱਧਰ ਆ ਚੁੱਕੀਆਂ ਹਨ ਸਾਡੇ ਚ ਕੋ ਪੜਿਆ ਲਿਖਿਆ ਨਹੀਂ ਸੀ ਜੇ ਸਾਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਸਾਡੀ ਜ਼ਮੀਨ ਦੀ ਇੰਨੀ ਕਟੌਤੀ ਹੋ ਜਾਣੀ ਹੈ ਤੇ ਅਸੀਂ ਆਉਣਾ ਵੀ ਨਹੀਂ ਸੀ ਵਾਹ ਜੀ ਜੇ ਸਾਨੂੰ ਇਸ ਗੱਲ ਦਾ ਪਤਾ ਹੁੰਦਾ ਨਾ ਵੀ ਸਾਡੀ ਜ਼ਮੀਨ ਦੀ ਹੁਣ 300 ਕੁ ਮਾਹ ਦਾ ਸਾਨੂੰ ਉੱਥੇ ਮਾਇਆ 75ਵਾਂ ਮਿਲਣੀ ਹੈ ਤੇ ਅਸੀਂ ਇੱਥੇ ਆ ਕੇ ਕਰਨਾ ਸੀ। ਕਬੂਲ ਕਰ ਲੈਣਾ ਸੀ ਸਾਰਾ। ਆਪ ਕੋ ਕਬੂਲ ਕਰ ਲੈਣਾ ਸੀ। ਹੁਣ ਲੋ ਹੁਣ ਲੋਕ ਸਾਰਾ ਕੋ ਸਾਰਾ ਕੁਝ ਕਬੂਲ ਕਰ ਹੀ ਜਾਂਦੇ ਨੇ ਕਿ ਨਹੀਂ ਧਾਮੀ ਸਾਹਿਬ। ਨਹੀਂ ਮੇਰੀ ਗੱਲ ਸੁਣੋ ਤੁਹਾਡੇ ਬਾਪੂ ਹੁਣਾਂ ਦਾ ਮੈਨੂੰ ਲੱਗਦਾ ਦਿਲ ਬਹੁਤ ਲੱਗਾ ਆ ਸੀ ਉੱਥੇ। ਦਿਲ ਬਹੁਤ ਲੱਗਾ ਸੀ ਸਾਡਾ ਵੀ ਲੱਗਾ ਆ ਸੀ। ਮੁੰਡਿਆਂ ਦੇ ਵਿੱਚ ਬੜਾ ਪਿਆਰ ਸੀ ਸਾਡਾ ਮੁੰਡਿਆਂ ਨਾਲ। ਤੁਹਾਡੇ ਹਾਣੀ ਕਿਹੜੇ ਸੀ ਜਿਹਨਾਂ ਦਾ? ਹਾਣੀ ਸਣ ਮੁਹੰਮਦ ਅਲੀ ਸੀ। ਤੇ ਮਮੋੰਦਲੀ ਕੇ ਦਾ ਮੁੰਡਾ ਸੀ ਇਹ ਜਲਾ ਆਉਂਦਾ ਸੀ ਬशीर ਸੀ ਨੂਰ ਕਮਿਹਾਰ ਸੀ ਉਹਦਾ ਮੁੰਡਾ ਸੀ ਨਖਦਾਬਸ਼ਕ ਦਾ ਮੁੰਡਾ ਸੀ ਜੇ ਨੂਰ ਕਮਿਹਾਰ ਸੀ ਉਹਦਾ ਮੁੰਡਾ ਸੀ ਜੀ ਸਾਡਾ ਪੂਰਾ ਲੱਗਾ ਸੀ ਜੀਆ ਮਤਲਬ ਮੁੰਡਿਆਂ ਦੇ ਵਿੱਚ ਬਿਲਕੁਲ ਬੜੇ ਵਿਸ਼ਵਾਸ ਨਾਲ ਬੜੇ ਪਿਆਰ ਨਾਲ ਰਹੀਦਾ ਸੀ ਰੱਤ ਵਿੱਚ ਗਏ ਸੀ ਰਾਤ ਵਿੱਚ ਗਏ ਅਸੀਂ ਨਾ ਮਤਲਬ ਇਸ ਕਰਕੇ ਆਏ ਸਾਂ ਪਿਆ ਆਪਣਾ ਧਰਮ ਨਹੀਂ ਛੱਡਣਾ ਜਿਹੜਾ ਸਾਡਾ ਮੁੱਢ ਮੂਲ ਸੀ ਅਸੀਂ ਧਰਮ ਨਹੀਂ ਛੱਡਣਾ ਤੇ ਫਿਰ ਕਿਵੇਂ ਫੈਸਲਾ ਲੈ ਲਿਆ ਹੁੰਦਾ ਉਹ ਕੀ ਕਹਿੰਦਾ ਬਜਿਹੜੇ ਘਰ ਦੇ ਜੀ ਸਨ ਨਾ ਸਾਰੇ ਜਦੋਂ ਰਾਤ ਨੂੰ ਬਹਿੰਦੇ ਆ ਰੋਟੀ ਖਾਂਦੇ ਸਨ ਤੇ ਉਹ ਭਾਈਏ ਨੂੰ ਆਉਂਦੇ ਹਨ ਵੀ ਤੂੰ ਤਾਂ ਸਾਰਾ ਦਿਨ ਘੋੜੇ ਦੇ ਫਿਰਦਾਰੀ ਨੇ ਰਾਤ ਨੂੰ ਫਿਰਦਾਰੀ ਨੇ ਤੇ ਅਸੀਂ ਇੱਥੇ ਫਿਕਰ ਜਣੀ ਨੇ ਤੇ ਸਾਡੇ ਭੈਣ ਭਰਾ ਸਾਰੇ ਬਾਹਰ ਤੁਰ ਗਏ ਨੇ ਉਧਰ ਤੁਰ ਗਏ ਤੇ ਅਸੀਂ ਇੱਥੇ ਕੀ ਇੱਥੇ ਕੀ ਕਰਾਂਗੇ ਇਸ ਕਰਕੇ ਫੈਸਲਾ ਫਿਰ ਜ਼ਿਆਦਾ ਤੌਰ ਤੇ ਲਿਆ ਜਾਨੀ ਕਿ ਹੋ ਰੋਜ਼ ਰਾਤ ਨੂੰ ਕਲੇਸ਼ ਹੁੰਦੀ ਹੁੰਦੀ ਹੈ ਕਲੇਸ਼ ਹੁੰਦਾ ਸੀ ਕਲੇਸ਼ ਹੁੰਦਾ ਸੀ ਬਾਪੂ ਨਹੀਂ ਮੰਨਦਾ ਹੁਣ ਬਾਪੂ ਨਹੀਂ ਸੀ ਮੰਨਦਾ ਅਜੀ ਵੀ ਨਹੀਂ ਸੀ ਮੰਨਦਾ ਅਜੀ ਵੀ ਕਹਿੰਦਾ ਠੀਕ ਐ ਇੱਥੇ ਜਿਆਦਾ ਜ਼ੋਰ ਕਿਨੇ ਪਾਇਆ ਮਾਣੇ ਜਿਆਦਾ ਮਾਣੇ ਤੇ ਸਾਡੇ ਚਾਚੇ ਨੇ ਚਾਚੇ ਨੇ ਅੱਛਾ ਅੱਛਾ ਤੇ ਜਿਹੜਾ ਆਹਦੇ ਦਾ ਪੀਕੇ ਇੱਧਰ ਆ ਗਿਆ ਸੀ ਨਾ ਤਾਂ ਵੀ ਕੇ ਆਂ ਜੀ 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 ਫੇਸ ਕਰਕੇ ਫਿਰ ਨਾ ਜੇ ਜਦੋਂ ਨਿਕਲੇ ਫਿਰ ਦੱਸ ਕੇ ਆਏ ਬੁੱਢੇ ਗਰਾਹ ਦੱਸ ਕੇ ਫਿਰ ਇਦਾਂ ਨਹੀਂ ਆਏ ਉਹ ਤਾਂ ਕਹਿੰਦਾ ਸੀ ਵੀ ਮੈਂ ਗੋਲੀ ਮਾਰ ਦੇਣੀ ਏ ਜੇ ਤੂੰ ਕਦੇ ਜਾਣ ਦਾ ਨਾਮ ਲਵੇਂ ਤੇ ਭਾਈਏ ਨੂੰ ਅੱਛਾ 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 ਪੀ ਅਸੀਂ ਫਿਰ ਜਿਹੜਾ ਸਾਡੀ ਪਾਬੰਦੀ ਲੱਗ ਗਈ ਸੀ ਕਣਕਾਂ ਤੇ ਤੇ ਡੰਗਰਾਂ ਉੱਤੇ 6 ਮਹੀਨੇ ਪਹਿਲਾਂ ਅਸੀਂ ਕੋ ਆਪਣੀ ਜਿੰਦ ਨਹੀਂ ਹਵੇਚ ਸਕਦੇ ਯਾਨੀ ਆਪ ਸਿੱਖ ਸਿੱਖ ਨਾ ਤੇ ਕਣਕ ਵੇਚ ਸਕਦੇ ਸੀ ਨਾ ਕੋ ਡੰਗਰ ਵੇਚ ਸਕਦੇ ਸੀ ਚੋਰੀ ਛੱਪੀ ਜਿਹੜਾ ਲੈਣਾ ਉਹ ਦਰੋਦਰੀ ਜਿੱਦਾਂ ਤੁਸੀਂ ਤੇ ਮੈਂ ਕਰ ਲਈਏ ਗੱਲਬਾਤ ਤੇ ਕਰ ਲਈਏ ਪਾਬੰਦੀ ਲੱਗੀ ਸੀ ਅਸੀਂ ਫਿਰ ਜਿਹੜੀਆਂ ਮਤਲਬ ਸਨ ਨਾ ਚਾਰ ਮਾਣੀਆਂ ਕਣਕ ਪਾਦਰੀ ਜੇ ਕਰ ਸਕੀ ਪਾਦਰੀ ਹੁੰਦੇ ਨਹੀਂ ਕਿ ਨਹੀਂ ਸਾਈਆਂ ਦੇ ਅੱਛਾ ਚੋਰੀ ਚੋਰੀ ਰਾਹ ਨੂੰ ਕੋੜੇ ਲੱਦ ਕੇ ਪਾਦਰੀ ਨੂੰ ਖਾਣ ਲਈ ਦੇਣ ਲੱਗੇ ਆ ਨੂਰ ਨੂੰ ਆਖਿਆ ਛੱਡ ਦੇ ਚਾਰ ਮਾਣੀਆਂ ਕਣਕੇ ਦੇ ਆਲ ਉਹ ਵਜਾ ਕੇ ਤੇ ਗੰਜਿਆਂ ਵਾਲੀ ਕੈਂਪ ਲੱਗਾ ਅਸੀਂ ਕੈਂਪ ਉੱਜੜ ਗਏ ਅਸੀਂ ਡੰਡੇ ਹੀ ਖਲੋਤੇ ਇਹ ਸਾਨੂੰ ਉੱਤੇ ਤੰਬੂ-ਤੰਬੂ ਲਾ ਲਏ ਦੁਨੀਆ ਆ ਗਈ ਇਸੇ ਦਰ ਮਹੀਨਾ ਬਾਅਦ ਜੇ ਤੁਹਾਨੂੰ ਪਤਾ ਵੀ ਦੁਨੀਆ ਬਿਲਕੁਲ ਬਿਲਕੁਲ ਸਾਫ਼ ਹੋ ਗਿਆ ਸੀ ਕੰਮ ਫਿਰ ਉਹ ਅਸੀਂ ਉਹ ਆਖਿਆ ਦੇ ਉਹ ਸਾਡੇ ਪਿੰਡ ਮਿਲਟਰੀ ਲਿਆਂਦੀ ਮਿਲਟਰੀ ਲਿਆ ਗਦੇ ਸੀ ਆਏ ਸ। ਫੇ ਬੁੱਢੇ ਘਰਾਏ ਵਾਲੇ ਨੂੰ ਪਤਾ ਨਹੀਂ ਲੱਗਾ। ਪਤਾ ਨਹੀਂ ਲੱਗਾ। ਬਾਅਦ ਚ ਕੋ ਚਿੱਠੀ ਬਾਅਦ ਚ ਜਿੱਠੀ ਪਰ ਤੱਕ ਇਹ ਹੁੰਦਾ ਰਿਹਾ ਬੰਦੇ ਘਲਦਾ ਰਿਹਾ ਬਟੂ ਆ ਜਾ। ਭਾਈ ਉੱਥੇ ਕੈਂਪ ਚ ਕੈਂਪ ਚ ਤੇ ਫਿਰ ਅਸੀਂ ਜਿਹੜੇ ਬੰਦੇ ਸਨ ਨਾ ਫਿਰ ਉਹ ਮਿਲਟਰੀ ਦੀ ਸਹਾਇਤਾ ਨਾਲ ਜਿੰਨੇ ਵੀ ਸਾਡੇ ਸਾਡੇ ਤਹਿਸੀਲ ਦੇ ਵਿੱਚ Hindu ਰਹਿੰਦੇ ਪਿੰਡਾਂ 'ਚ ਭਾਈ ਇਹਨੂੰ ਸਾਰਾ ਪਤਾ ਹੀ ਫਰਾਂਸਾਂ ਫਲਾਣਾ ਫਲਾਣਾ ਦਾ ਨੂੰ ਹੀ ਗਏ ਸਨ। ਉੱਥੇ ਸਨ ਬੰਦੇ ਰਹਿੰਦੇ ਇਹ ਬੋਰੜਾ ਵਾਲੀ ਕੋਲੜੀ ਸੀ ਉੱਥੇ ਰਹਿੰਦੇ ਸਨ ਜਿਹੜੇ ਰਹਿ ਗਏ ਸੀ ਰਹਿ ਗਏ ਸਨ ਫਿਰ ਭਾਈ ਜੀ ਨੇ ਆਪ ਗੱਡੀ ਨਾਲ ਲੈ ਜਾਣੀ ਉਹਨਾਂ ਨੂੰ ਗੱਡੀ 'ਚ ਲੱਦ ਕੇ ਉਹ ਸਾਰੇ ਕੱਢ ਕੇ ਲਿਆ ਜਿਹੜੇ ਮੁਸਲਮਾਨ ਹੋ ਗਏ ਜਿਹੜੇ ਮੁਸਲਮਾਨ ਹੋਏ ਅੱਛਾ ਕਿਹਨੇ ਕਿਹਨੇ ਪਿੰਡਾਂ 'ਚੋਂ ਕੱਢ ਕੇ ਲਿਆਉਂਦੇ ਸੀ ਦੱਸਿਓ ਇਹ ਸੀ ਕਾਨੂੰੀਕੇ ਸਨ ਤੇ ਕਾਨੂੰੀ ਕੀ ਵਾਲੇ ਕੌਣ ਸੀ ਘੁੰਮਣ ਸੀ ਇਹ ਨੇ ਯਾਦ ਨਹੀਂ ਮੈਨੂੰ ਅੱਛਾ ਇਹ ਕਾਨੂੰੀਕੇ ਵਾਲੇ ਹੋ ਗਏ ਕਾਨੂੰੀਕੇ ਵਾਲੇ ਸਨ ਤੇ ਬੋਰੜਾ ਵਾਲੀ ਕੋਲੜੀ ਸਨ ਵੱਜਵੇ ਸਨ ਜੀ ਕਈਆਂ ਦਾ ਜਾਤਾਂ ਦਾ ਪਤਾ ਕਈਆਂ ਦਾ ਨਹੀਂ ਤੇ ਆਪਣਾ ਇਹ ਸਾਨੂੰ ਦੂਜੇ ਇਹ ਨਾਂਗਰੇ ਸਣ ਬਡਾਲੀ ਵਾਲੇ ਜੀ ਸੰਧੂ ਸਣ ਚੀਆਂ ਵਾਲੀ ਵਾਲੇ ਯਾਨੀ ਮਤਲਬ ਉਹਨੂੰ ਪਤਾ ਸੀ ਕੋਈ ਬੰਦਾ ਫਿਰਦਿਆ ਆ ਘੁੰਮਦਿਆ ਫਿਰਦਾ ਪਤਾ ਕਿੱਥੇ ਕਿੱਥੇ ਰੁਕੇ ਹੋ ਆ ਬੰਦੇ ਬੜਿਆਣੇ ਸਣ ਜਿੱਥੇ-ਜਿੱਥੇ ਵੀ ਸਗੇ ਬੰਦੇ ਸਾਰੇ ਫਿਰ ਉੱਥੇ ਜਾ ਗਏ ਸੀ ਆਪਣਾ ਕੈਂਪ ਬਣਾਇਆ ਉੱਤੇ ਖੇਸ ਪਾਏ ਤੇ ਮਤਲਬ بارش ਵੀ ਆਖਣ ਲੱਗੀ ਵੀ ਮੈਂ ਹੀ ਪੈਣਾ ਹੋਣੀ ਪੈਣਾ ਅੱਜ ਦਾ ਦੇਣੀ ਫਿਰ ਖੇਸਰਾ ਦੇ ਵਿੱਚ ਕੁੜੀਆਂ ਪਾਣੀ ਧੱਲੇ ਬੱਗੇ ਬੜੇ ਔਖੇ ਰਾਤ ਗੱਡੀ ਦੂਜੇ ਦਿਨ ਤੇ ਦੇਣ ਲੱਗ ਗਿਆ ਅ ਜਦੋਂ ਚਲੋ ਖੈਰ ਉੱਥੋਂ ਤੁਸੀਂ ਤੁਰੇ ਫਿਰ ਕੋਈ ਹਮਲਾ ਨਹੀਂ ਹੋਇਆ ਨਹੀਂ ਸਾਡੇ ਤੇ ਹਮਲਾ ਕੋਈ ਨਹੀਂ ਤੇ ਫਿਰ ਤੁਸੀਂ ਪਹਿਲਾਂ ਕਿਹੜੇ ਪਿੰਡ ਆਏ ਪਹਿਲਾਂ ਗੰਜਿਆੜੀ ਇਹ ਕਿੱਥੇ ਆ ਇਹ ਨਾਲ ਹੀ ਸੀ ਬਾਵੇ ਦੀ ਕੋਲੀ ਬਾਵੇ ਦੀ ਕੋਲੀ ਨਾਲ ਕੈਂਪ ਲੱਗਾ ਸੀ ਗੰਜਿਆੜੀ ਅ ਉੱਥੋਂ ਫਿਰ ਕਿੱਥੇ ਗਏ ਉੱਥੋਂ ਬੇ ਪਸਰੂਰ ਬਸਰੂਰ ਤੋਂ ਪਸਰੂਰ ਤੋਂ ਉਹ ਗੱਡੀ ਜਿਹੜੇ ਰਾਤ ਨੂੰ ਤੇ ਪਾਸੇ ਉਦੋਂ ਕੋਈ ਹਮਲੇ ਵਾਲੀ ਕੋਈ ਹਮਲੇ ਵਾਲੀ ਗੱਲ ਨਹੀਂ ਸੀ ਯਾਨੀ ਇੱਥੇ ਜਦੋਂ ਆਏ ਨਾਰੋਵਾਲ ਇੱਥੇ ਕਾਫੀ ਇਹਨਾਂ ਨੇ ਇਕੱਠਮਟ ਕੀਤਾ ਸੀ ਮੁਸਲਮਾਨਾਂ ਨੇ ਬਰਸ਼ਿਆਂ ਦਾ ਕਲਪਿਆਂ ਦਾ ਵੀ ਜਿਹੜੇ ਗੱਡੀ ਦੇ ਉੱਤੇ ਬੰਦੇ ਚੜੇ ਨੇ ਇਹਨਾਂ ਨੂੰ ਥੱਲੇ ਲਾ ਲਾਂਗੇ ਤੇ ਫਿਰ ਬਰਸ਼ੇ ਮਾਰਾਂਗੇ ਇੱਥੇ ਮੁਸਲਮਾਨ ਬਹੁਤ ਸੀ ਪਰ ਉਹਨਾਂ ਬੰਦੇ ਜਿਹੜੇ ਸਾਡੇ ਮਿਲਟਰੀ ਵਾਲੇ ਉਹ ਇੱਕ ਬਾਹਮਣ ਸੀ ਇੱਕ ਮਰਾਟਾ ਸੀ ਉਹ ਆਖਣ ਲੱਗਾ ਬਈ ਬੰਦਾ ਨਾ ਕੋ ਉਤਰੇ ਤੁਹਾਡੀ ਗੱਡੀ ਦੇ ਨੇੜੇ ਨਾ ਕੋ ਜਾਏ ਬਿਲਕੁਲ ਫੇਰ ਇਸ ਨੇ ਇਹ ਬੰਦਾ ਦੋ ਦੋ ਬੰਦੇ ਲੈ ਆਏ ਦੋ ਬੰਦੇ ਲੈ ਆਏ ਤੁਸੀਂ ਕਿੰਨੇ ਸੀਗੇ ਅਸੀਂ ਜਿਹੜੇ ਗੱਡੀ ਭਰੀ ਸੀ ਕਿ ਕੋਈ ਕਰਾਵਾਲੇ ਜਥਾ ਆ ਗਿਆ ਕੁਝ ਮਤਲਬ ਸਾਡੇ ਜਥਾ ਇਧਰ ਤੁਰ ਗਿਆ ਤੇ ਮਤਲਬ ਸਾਡੀ ਗੱਡੀ ਭਰ ਗਈ ਸੀ ਠੀਕ ਐਨ ਬਿਲਕੁਲ ਉੱਤੇ ਤੱਕ ਬੰਦਿਆਂ ਦੇ ਐਨ ਪੂਰੇ ਫੁੱਲ ਸੀ ਜੀ ਤੇ ਸਭ ਤੋਂ ਪਹਿਲਾਂ ਪਿੰਡ ਕਿਹੜਾ ਮਿਲਿਆ ਤੁਹਾਨੂੰ ਇਧਰ 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 ਪਿੰਡ ਸਾਨੂੰ ਬੜਾ ਮੁਸ਼ਕਲ ਮਿਲਿਆ ਇਧਰ ਸਾਨੂੰ ਪਹਿਲਾਂ ਤੇ ਅਸੀਂ ਰਹੇ ਆਂ ਜਦੋਂ ਆਏ ਆ ਤੇ ਡੇਰੇ ਬਾਬੇ ਨਾਨਕ ਆਏ ਆ ਰਾਹ ਨੂੰ ਰਾਹ ਤੋਂ ਤੇਰੇ بارش ਬੜੀ ਹੋ ਗਈ ਜੀ ਬੜੇ ਉੱਥੇ ਬਹੁਤ ਜ਼ਿਆਦਾ بارش ਹੋਈ ਬੜੇ ਹੜਾ ਹੈ ਉਥੋਂ ਬਾਹਰ ਨਿਕਲੇ ਤੇ ਫੇ ਅੱਗੇ ਆ ਗਏ ਰਾਏ ਚੱਕ ਜੀ ਸੱਖੀ ਲੰਘ ਕੇ ਸ਼ਿਕਾਰ ਸ਼ਾਉਣੀ ਹੈ ਨਾ ਸ਼ਿਕਾਰ ਸ਼ਾਉਣੀ ਦੇ ਨਾਲ ਰਾਏ ਚੱਕ ਰਾਏ ਚੱਕ ਰਾਏ ਅਸੀਂ 5-4 ਦਿਨ ਵੇਖਿਆ ਤੇ ਉੱਥੇ ਨਾ بارش ਦੇ ਨਾਲ ਗੰਨੇ ਦੇ ਉੱਤੋਂ ਵੀ ਪਾਣੀ ਲੰਘ ਗਿਆ ਸੀ ਭਾਈ ਜਰੀ ਆਕਣਗੇ ਇੱਥੇ ਨਹੀਂ ਆਉਣੇ ਤੇ ਪਾਣੀ ਉਥੋਂ ਬਤੁਰੇ ਦੇ ਤੁਰਦਿਆਂ ਤੁਰਦਿਆਂ ਫਿਰ ਆਦ ਇੱਕ ਢਿਲਮੀ ਰਹਿ ਢਿਲਮੀ ਆ ਚੁੰਗੀ ਦੇ ਵਿਚਰਾਤ ਰਹਿ ਕੋਈ ਟਿਕਾਣਾ ਨਹੀਂ ਸੀ ਮਰੀਆ ਪਿੰਡ ਛੋਟਾ ਸੀ ਢਿਲਮਾ ਨਾ ਮਸ਼ਹੂਰ ਇਹ ਪਿੰਡ ਛੋਟਾ ਤੇ ਢਿਲਮੀ ਰਹਿ ਢਿਲਮੀ ਚੁੰਗੀ ਦੇ ਵਿਚਰਾਤ ਰਹਿ ਤੇ ਜਿਹੜੀ ਕਣਕ ਸੀ ਨਾਲ ਮੰਡੀ ਸੀ ਕਣ ਗਲ ਗਈ ਤੇ ਮੁਸਕਨਾ ਬੜੇ ਔਖੇ ਰਹਿ ਰਾਤ ਨੀਂਦ ਰਾਏ ਜੀ ਉਥੋਂ ਵੀ ਸੀ ਸਵੇਰੇ ਤੁਰ ਪਏ ਰੋਟੀ ਦਾ ਟੀਬ ਨਹੀਂ ਬਕਾਈ ਤੁਰ ਪਏ ਉਥੋਂ ਤੇ ਰਾਤ ਹੀ ਬੜੀ ਔਖੀਆਂ ਗੱਡੀ ਫਿਰ ਅਸੀਂ ਆ ਗਏ ਹੌਲੀ ਹੌਲੀ ਤੁਰਦੇ ਤੁਰਦੇ ਕਰਤਾਰਪੁਰ ਅੱਛਾ ਕਰਤਾਰਪੁਰ ਆਏ ਤੇ ਫਿਰ ਕਰਤਾਰਪੁਰ ਰਹੇ ਤਿੰਨ ਮਹੀਨੇ ਅੱਛਾ ਅੱਛਾ ਤਿੰਨਾ ਮਹੀਨਿਆਂ ਬਾਅਦ ਫਿਰ ਸਾਡਾ ਫੁੱਫੜ ਸੀ ਇੱਥੇ ਤੇ ਉਹ ਸੰਗਤਪੁਰ ਸਾਨੂੰ ਲੈ ਕੇ ਆਇਆ ਆਹ ਜਿਹੜਾ ਸੰਗਤਪੁਰ ਆਹ ਸੰਗਤਪੁਰ ਫਿਰ ਤਿੰਨ ਸਾਲ ਸਾਨੂੰ ਜ਼ਮੀਨ ਕੱਚੀ ਲਾਟ ਨਹੀਂ ਹੋਈ ਕੋਈ ਕੋ ਲਾਟਮੈਂਟ ਆ ਜਿਹੜੀਆਂ ਹੋ ਗਈਆਂ ਤਿੰਨ ਸਾਲ ਫਿਰ ਅਜਿਹਾ ਹੀ ਕੱਢੇ ਆਹ ਪਿੰਡ ਕਦੋਂ ਮਿਲਿਆ ਬ੍ਰਿਆ ਹਾਂ ਇਹ ਬ੍ਰਿਆ ਮਿਲਿਆ ਸਾਨੂੰ 50 ਚ 50 ਜੀ ਕਰੀਬਨ 5 ਸਾਲ ਬਾਅਦ ਅੱਛਾ 52 ਚ ਮਿਲਿਆ 59 ਜੀ ਮਿਲਿਆ ਇਹ ਪਿੰਡ ਤੁਸੀਂ ਦੱਸਦੇ ਸੀ ਬਰਾੜ ਮੁਸਲਮਾਨ ਜੱਟਾਂ ਦਾ ਸੀ ਤਾਂ ਨੂੰ ਕਿਹਨੇ ਦੱਸਿਆ ਇਹ ਇੱਥੇ ਲਮਾਣੇ ਆ ਕੇ ਵਸ ਗਏ ਐਸਣ ਸਾਡੇ ਤੋਂ ਪਹਿਲਾਂ ਜੀ ਜਦੋਂ ਅਸੀਂ ਆਇਆ ਸਰਾਏ ਨੰਗੇ ਨਾ ਨਾਲ-ਨਾਲ ਪਿੰਡ ਦੇ ਜੋ ਸਾਨੂੰ ਇੱਕ ਜਨਾਨੀ ਅਛਰੀ ਸੀ ਉਹਦਾ ਨਾਂ ਉਹ ਗੰਨਾ ਨਾ ਭਣਣ ਦੇਵੇ ਆ ਕੇ ਤੁਸੀਂ ਕਿੱਥੋਂ ਆ ਗਏ ਹੋ ਭੁੱਖ ਦੇ ਮਾਰੇ ਉਹ ਆਉਂੂ ਜੜ ਗਈ ਸੀ ਉਹ ਵੀ ਉਹ ਵੀ ਸਾਡੇ ਜ਼ਿਲ੍ਹੇ ਦੇ ਜ਼ਿਆਲਕੋਟ ਦੇ ਧੜ ਅੱਛਾ ਉਹ 1 ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਆ ਗਿਆ 1 ਮਹੀਨਾ ਪਹਿਲਾਂ ਆ ਗਿਆ ਅੱਛਾ ਕਈ ਲੋਕ ਤਾਂ ਪਹਿਲਾਂ ਰੌਲਾ ਪੈਂਦਿਆ ਸਾਰੀ ਨਿਕਲ ਗਏ ਅਸੀਂ ਨਹੀਂ ਆ ਅਸੀਂ 2 ਮਹੀਨਾ ਬਾਅਦ ਜਦੋਂ ਆਇਆ 3 ਮਹੀਨੇ ਫਿਰ ਕਰਤਾਰਪੁਰ ਰਹਿਣ ਸਾਨੂੰ ਤਾਂ ਲੱਗਿਆ ਹਾਂ ਤੁਸੀਂ ਤਾਂ ਫਿਰ ਬਹੁਤ 6 ਮਹੀਨੇ ਲੱਗ ਗਏ 6 ਮਹੀਨੇ ਬਾਅਦ ਆਇਆ ਤੇ ਉਹ ਸਾਨੂੰ ਕੰਨਾ ਵੀ ਨਾ ਭਰਨ ਦੇ ਜੀ ਪਹਿਲੇ 3 ਸਾਲ ਬਾਅਦ ਉਹ ਵੀ ਸਾਨੂੰ ਅਲਾਟਮੈਂਟ ਨਹੀਂ ਸੀ ਹੋਣੀ ਬੜੇ ਫਿਰ ਅਸੀਂ ਸੈਨਪੁਰ ਪਿੰਡ ਸੀ ਇੱਥੇ ਹਾਂਜੀ ਖੰਨੇ ਲਾਗੇ ਉੱਥੇ ਗਏ ਉੱਥੇ ਵੀ ਗੰਨੇ ਦੇ ਉਤੋਂ ਦੀ ਪਾਣੀ ਫਿਰ ਗਏ ਆ ਉਹਨਾਂ ਬੰਦਿਆਂ ਨੇ ਸਾਡੀ ਬੜੀ ਹਲਫ ਕੀਤੀ ਉਹਨਾਂ ਜਿਹੜੇ ਦਰਵਾਜ਼ੇ ਸਣ ਖੋਲ ਕੇ ਮੰਝੇ ਅੰਦਰ ਥਾਣੇ ਹੋਣੇ ਆਖਣਗੇ ਸਰਦਾਰੋ ਆਜੋ ਤੁਹਾਨੂੰ ਘਰ ਵੀ ਮਿਲਣਗੇ ਮੰਝਾ ਬਿਸਰਾ ਵੀ ਮਿਲੇਗਾ ਜਿਹੜਾ ਸਮਾਨ ਹੈ ਉਹ ਵੀ ਅੰਦਰ ਪਿਆ ਹੈ ਮੁਸਲਮਾਨ ਦਾ ਉਹ ਵੀ ਤੁਹਾਨੂੰ ਦੇਾਂਗੇ ਉਹ ਆ ਧਰਮੀ ਫੈਮਲੀਆਂ ਹੋਣੀਆਂ ਨਾ ਨਾ ਜਾਤੀ ਸਣ ਸੈਨਪੁਰ ਹਸੈਨਪੁਰਾ ਪਿੰਡ ਸੀ ਇਹ ਦਰਾਏ ਦੇ ਨਾਲ ਜੀ ਜੀ ਤੇ ਉਹ ਗਾਣ ਲਗੇ ਵਾ ਸੀ ਕਿ ਫਿਰ ਉਹ ਬੰਦੇ ਸਾਡੇ ਕਮਾਲ ਵੇਖ ਕੇ ਦਾਕਣੇ ਪੈਸੀ ਨਹੀਂ ਜਾਣ ਜਿੱਥੇ ਪਾਣੀ ਫਿਰ ਜਾਂਦਾ ਉੱਥੇ ਨਹੀਂ ਜਾਣ ਫਿਰ ਅਸੀਂ ਇੱਥੇ ਹੀ ਰਹੇ ਇੱਥੇ ਰਹੇ ਹਾਂ ਥੀ ਤਾਂ ਉਹ ਫਿਰ ਦੱਸਿਆ ਉਹ ਕਿਹਾ ਨੇ ਕਿ ਮੁਸਲਮਾਨ ਜੱਟਾਂ ਦਾ ਪਿੰਡ ਸੀ ਕਿਹੜਾ ਇਹ ਸਾਨੂੰ ਪਤਾ ਇਦਾਂ ਜਦੋਂ ਜੀ ਸੰਗਤ ਸੰਗਤਪੁਰ ਪਿੰਡ ਚ ਨਹੀਂ ਦੇਤਾ ਤੇ ਇੱਥੇ ਸਾਨੂੰ ਗਵਾੜ ਪਤਾ ਲੱਗ ਹੀ ਜਾਂਦਾ ਇੱਥੇ ਕੋਈ ਵੱਡੀ ਮਸਜਿਦ ਸੀਗੀ ਮਸਜਿਦ ਸੀਗੀ ਔਰ ਜਿੱਥੇ ਗੁਰਦੁਆਰਾ ਬਣਿਆ ਕਿ ਕੋਈ ਵੱਡੀ ਪੀਰਾਂ ਦੀ ਜਗਾ ਹੁੰਦੀ ਹੈ ਪੀਰਾਂ ਦੀ ਜਗਾ ਵੀ ਹੈ ਯਾਰਾ ਪੀਰ ਦੀ ਜਗਾ ਵੀ ਹੈ ਅੱਛਾ ਹਾਂਜੀ ਕੋਈ ਆਇਆ ਮੁਰਕੇ ਪਿੰਡ ਵੇਖਣੇ ਇੱਕ ਵਾਰੀ ਆਇਆ ਇੱਕ ਮੁਸਲਮਾਨ ਉਹ ਬਰਾੜੀ ਸੀ ਉਹ ਫੈਸਲਾਬਾਦ ਰਹਿੰਦੇ ਨੇ ਅੱਛਾ ਤੇ ਤੁਹਾਡੇ ਚ ਕੋਈ ਗਿਆ ਪਿੰਡ ਵੇਖਣਾ ਨਹੀਂ ਅਸੀਂ ਨਹੀਂ ਗਏ ਕੋਈ ਬੁੱਢਾ ਘਰਾਏ ਵਾਲੇ ਜ਼ਾਇਲਦਾਰਾਂ ਨੂੰ ਖੱਤ ਲਿਖਾ ਕੋਈ ਖਾਤ ਖੋਤ ਬੜੇ ਆਉਂਦੇ ਰਹਿੰਦੇ ਸਾਡਾ ਮਰਾਸ਼ੀ ਆਇਆ ਦੋ ਤਿੰਨ ਵਾਰੀ ਤੁਹਾਡੇ ਪਿੰਡ ਦਾ ਆਹ ਸਾਡੀ ਬੰਟੀ ਨਾ ਸੀ ਫਕੀਰੋ ਇੱਥੇ ਤੱਕ ਮਿਲਣ ਆਇਆ ਅੱਛੇ ਆਇਆ ਮੈਂ ਆਗ ਵੇਖ ਕੇ ਜਦ ਵੀ ਅੰਦਰ ਵੜਿਆ ਉਹਨੂੰ ਤੇ ਆ ਗਿਆ ਵੇਖ ਫਕੀਰੋ ਭਾਈ ਜੀ ਆਖਣ ਲੱਗੇ ਵੇਖਾ ਵੀ ਹੁਣ ਪੇਟੀਆਂ ਉਸ ਤਰ੍ਹਾਂ ਹੀ ਭਰੀਆਂ ਨੇ ਕਿ ਨਹੀਂ ਵਾਹ ਆਖਣਗਾ ਵੇ ਵਾਹ ਮੌਜਤ ਹੀ ਸਭ ਮਿਲਣਾ ਆ ਜਾਂਦਾ ਇਸ ਸਰ ਮਿਲਣਾ ਆ ਜਾਂਦਾ ਵਾਹ ਜੀ ਵਾਹ ਕਿੰਨਾ ਪਿਆਰ ਹੋਇਆ ਹਾਂ ਬਹੁਤ ਪਿਆਰ ਚਲੋ ਜੀ ਹੁਣ ਅਖੀਰ ਦੇ ਵਿੱਚ ਗੋਮਨ ਸਾਹਿਬ ਦੀ ਕਹਾਣੀ ਅਸੀਂ ਸਾਰਿਆਂ ਨੇ ਸੁਣ ਲਈ ਆ ਹੁਣ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਬੁੱਢੇ ਗਰਾਿਆਂ ਵਾਲਿਆਂ ਨੂੰ ਸਾਰਿਆਂ ਨੂੰ ਇਹ ਕੁਛ ਨਿਹਾ ਦੇ ਦਿਓ ਆਪਣੇ ਵੱਲੋਂ ਸੁਨਿਆਉਣ ਬਸ ਸਾਡੇ ਲੋ ਤੇ ਸਲਾਮ ਦੁਆਈਓ ਹੋਰ ਹੋਰ ਕੀ ਕਰ ਸਕਦੇ ਆ ਹਾਂ ਮਲ ਸਮਾਂ ਵਧੀਆ ਲੰਘਿਆ ਸਮਾਂ ਬਹੁਤ ਵਧੀਆ ਲੰਘਿਆ ਸਮਾਂ ਕੋਈ ਅਸੀਂ ਖੁਸ਼ ਖਿਸ਼ਾਲੀ ਕੀ ਰਹੇ ਆ ਕੋਈ ਤੰਗੀ ਨਹੀਂ ਵੇਖੀ ਕੁਝ ਬੰਦੇ ਉਧਰ ਸਿਆਲਕੋੜ ਦੇ ਵਿੱਚ ਰਹਿ ਵੀ ਗਏ ਆ ਜੱਟ ਸੇ ਰਹਿਣ ਰਹਿਣ ਹੈਂਡ ਬਰੇਲੇ ਬਰੇਕੇ ਮੁਸਲਮਾਨ ਵੀ ਹੈ ਵਰੇਲੇ ਬਰੇਲੇ ਤੁਹਾਡੇ ਪਿੰਡ ਚ ਨਹੀਂ ਸਾਡੇ ਪਿੰਡ ਚ ਨਹੀਂ ਹੋਰ ਮੈਂ ਜਿਹੜੇ ਉੱਥੇ ਰਹਿ ਗਏ ਕੋਈ ਤੁਹਾਡੇ ਰਿਸ਼ਤੇਦਾਰਾਂ ਚ ਵਾਹ ਨਹੀਂ ਸਾਡੇ ਰਿਸ਼ਤੇਦਾਰਾਂ ਚ ਕੋਈ ਨਹੀਂ ਯਾ ਇੱਥੇ ਰਿਸ਼ਤੇਦਾਰ ਆਪਣੇ ਖੇਤ ਲਿਆਂ ਦੇ ਕੱਢ ਲਿਆਂ ਦੇ ਜਿਦਾ ਕਈ ਦਾ ਟੱਪ ਮਾਰ ਕੇ ਕਹਿੰਦੇ ਜਣਾ ਵੀ ਪੁੱਟ ਲਿਆਂ ਦੀ ਆ ਅਸੀਂ 1 ਮਹੀਨਾ ਬਾਅਦ ਜਾਏ ਵਾਹ ਜੀ ਵਾਹ ਤੇ ਚਲੋ ਜੀ ਤੁਹਾਡਾ ਸਲਾਮ ਪਹੁੰਚ ਜਾਊਗਾ ਉਸ ਪਿੰਡ ਨੂੰ ਹਾਂ ਜੀ ਤੇ ਬੁੱਢੇ ਗਰਾਏ ਵਾਲੇ ਬਿਨਾਂ ਸ਼ੱਕ ਜੇ ਇਹਨਾਂ ਨੂੰ ਤੁਸੀਂ ਦੱਸ ਕੇ ਆਉਂਦੇ ਉਹਨਾਂ ਨੇ ਆਉਣ ਨਹੀਂ ਦੇਣਾ ਨਹੀਂ ਆਉਣ ਨਹੀਂ ਦੇਣਾ ਉਬਜ਼ੁਰਗ ਤੇ ਹੁਣ ਨਹੀਂ ਰਹੇ ਹੁਣੇ ਜਿਹੜੇ ਨੇ ਮਤਲਬ ਸਾਨੂੰ ਜਾਣਦੇ ਸਨ ਜਿਨ੍ਹਾਂ ਨੂੰ ਅਸੀਂ ਦੇਖਿਆ ਸ਼ਰਫਰਾਜ ਜਾਨਖਾਂ ਨਹੀਂ ਬਾਤ ਜੋ ਐਮਪੀ ਵਗੈਰਾ ਵੀ ਬਣੇ ਉੱਥੇ ਬਣੇ ਨੇ ਬੰਦੇ ਬਹੁਤ ਤੁਰਨੇ ਸੇਤੀ ਸਨ ਬਹੁਤ ਹਸ਼ਿਆਰ ਸਨ ਵੱਡੇ ਬੰਦੇ ਸੀ ਤੇ ਚਲੋ ਐ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਚੰਗਾ ਜੀ ਧੰਨਵਾਦ ਆ